ਮੁੱਲ ਨਹੀਂ ਤਾਰਿਆ ਜਾ ਸਕਦਾ। ਕਲਗੀਧਰ ਦੇ ਉਪਕਾਰਾਂ ਦਾ ਕੋਈ ਮੁੱਲ ਨਹੀਂ ਤਾਰਿਆ ਜਾ ਸਕਦਾ। ਕਲਗੀਧਰ ਦੇ ਉਪਕਾਰਾਂ ਦਾ ਕੋਈ ਅੰਤ ਨਹੀਂ ਪਾਰਾ ਵਾਰੇ ਨਹੀਂ। ਉਹਦੀ ਰਹਿਮਤ ਦੇ ਭੰਡਾਰਾਂ ਦਾ ਕੋਈ ਮੁੱਲ ਨਹੀਂ ਤਾਰਿਆ ਜਾ ਸਕਦਾ। ਜਦ ਦੇਸ਼ ਤੇ ਚੱਖੜ ਚੁੱਲਿਆ ਸੀ ਮੁਗਲਾਂ ਦੇ ਅਤਿਆਚਾਰਾਂ ਦਾ, ਉਸ ਕਠਿਨ ਸਮੇਂ ਚੰਨ ਗੁਜ਼ਰੀ ਦਾ ਬਣਿਆ ਦਰਦੀ ਦੁਖਿਆਰਾ ਪਤ ਚੜਦਾ ਮੌਸਮ ਮੁੱਕ ਚੁੱਕਿਆ। ਪਤ ਚੜਦਾ ਮੌਸਮ ਮੁੱਕ ਚੁੱਕਿਆ, ਮੁੜ ਆਇਆ ਸਮਾਂ ਬਹਾਰਾਂ ਦਾ ਕੋਈ ਮੁੱਲ ਨਹੀਂ ਤਾਰਿਆ ਜਾ ਸਕਦਾ। ਕਲਗੀਧਰ ਦੇ ਉਪਕਾਰਾਂ ਦਾ ਅੰਤ ਨਹੀਂ ਪਾਰਾ ਵਾਰੇ ਨਹੀਂ, ਉਹਦੀ ਰਹਿਮਤ ਦੇ ਭੰਡਾਰਾਂ ਦਾ ਕੋਈ ਮੁੱਲ ਨਹੀਂ ਤਾਰਿਆ ਜਾ ਸਕਦਾ। ਵਰ ਕੇ ਤੇ ਹਾਸ ਦੇ ਦੱਸਦੇ ਨੇ ਕਲਗੀ ਉਸ ਵਰਗਾ ਸੰਤ ਸਿਪਾਹੀ ਨਹੀਂ, ਤਿਆਗੀ ਸਰਬੰਸ ਦਦਾਨੀ ਨਹੀਂ, ਤਿਆਗੀ ਸਰਬੰਸ ਦਦਾਨੀ ਨਹੀਂ, ਉਹਦੀ ਕਿਰਪਾ ਸਦਕੇ ਨਾਮ ਉੱਚਾ, ਉਹਦੀ ਕਿਰਪਾ ਸਦਕੇ ਨਾਮ ਉੱਚਾ। ਸਾਡੇ ਸਿਰ ਸਜੀਆਂ ਦਸਤਾਰਾਂ ਦਾ ਕੋਈ ਮੁੱਲ ਨਹੀਂ ਤਾਰਿਆ ਜਾ ਸਕਦਾ। ਕਲਗੀਧਰ ਦੇ ਉਪਕਾਰਾਂ ਦਾ ਕੋਈ ਮੁੱਲ ਨਹੀਂ ਤਾਰਿਆ ਜਾ ਸਕਦਾ। ਸਤਸੰਗਤ ਜੀ ਬੋਲੇ।
ਪਠਾਨਕੋਟ ਧੰਨਵਾਦ ਸਤਸੰਗ ਜੀਓ, ਆਪ ਜੀ ਨੇ ਹੱਲਾਸ਼ੇਰੀ ਦਿੱਤੀ ਹੈ। ਸਤਸੰਗ ਜੀ, ਧੰਨ ਧੰਨ ਕਲਗੀਧਰ ਪਾਤਸ਼ਾਹ ਸਾਨੂੰ ਕੀ ਫੁਰਮਾਨ ਕਰਦੇ ਨੇ, ਆਓ ਆਪ ਜੀ ਦੀ ਤਵੱਜੋ ਚਾਹਾਂਗੀ ਕਿ ਫੁਰਮਾਨ ਹੈ ਕਲਗੀਆਂ ਵਾਲੇ ਦਾ, ਸ਼ੁਭ ਕਰਮਨ ਤੇ ਕਬਹੂ ਨਾ ਡਰੋ। ਫੁਰਮਾਨ ਹੈ ਕਲਗੀਆਂ ਵਾਲੇ ਦਾ, ਸ਼ੁਭ ਕਰਮਨ ਤੇ ਕਬਹੂ ਨਾ ਡਰੋ, ਨਾ ਡਰੋ ਆਪਣੀ ਜੀਤ ਕਰੋ। ਉਹਨਾਂ ਤੇਗ ਦੀ ਕਲਮ ਬਣਾ ਲਿਖਿਆ, ਉਹਨਾਂ ਤੇਗ ਦੀ ਕਲਮ ਬਣਾ ਲਿਖਿਆ, ਪਰ ਸੰਗ ਚੰਡੀ ਦੀਆਂ ਵਾਰਾਂ ਦਾ ਕੋਈ ਮੁੱਲ ਨਹੀਂ ਤਾਰੇ ਆ ਜਾ ਸਕਦਾ। ਆਖਰੀ ਦੋ ਬੰਦ ਨੇ ਸਤਸੰਗ ਜੀ, ਆਓ ਸਤਸੰਗ ਜੀ ਉਸ ਧਰਤੀ 'ਤੇ ਆਪਣੀ ਸੁਰਤੀ ਲੈ ਜਾਣਾ ਜਿਸ ਧਰਤੀ ਤੋਂ ਆਈਆਂ ਸ਼੍ਰੀ ਅਨੰਦਪੁਰ ਸਾਹਿਬ, ਕਿ ਧੰਨ ਧੰਨ ਕਲਗੀਧਰ ਪਾਤਸ਼ਾਹ ਨੇ ਅੰਮ੍ਰਿਤ ਦੇ ਦਾਤੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਰਨਾਂ ਵਿੱਚ ਸੁਰਤੀਆਂ ਬਿਰਤੀਆਂ ਲੈ ਜਾਣਾ। ਤੇਰੇ ਅੰਮ੍ਰਿਤ ਦੀ ਤਨ ਸ਼ਕਤੀ ਨੇ ਗਿੱਦੜਾਂ ਤੋਂ ਸ਼ੇਰ ਬਣਾ ਦਿੱਤੇ, ਚਿੜੀਆਂ ਖਾ ਗਈਆਂ ਬਾਜਾਂ ਨੂੰ, ਰਾਠਾਂ ਸੰਗ ਰੰਗ ਲੜਾ ਸੰਗ ਰੰਗ ਲੜਾ ਦਿੱਤੇ। ਚੰਦ ਵਾਂਗੂ ਨਾਮ ਚਮਕਦਾ ਹੈ, ਚੰਦ ਵਾਂਗੂ ਨਾਮ ਚਮਕਦਾ ਹੈ, ਤੇਰੇ ਸਾਜੇ ਸਿੰਘ ਸਰਦਾਰਾਂ ਦਾ ਕੋਈ ਮੁੱਲ ਨਹੀਂ ਤਾਰੇ ਆ ਜਾ ਸਕਦਾ। ਆਖਰੀ ਬੰਦ ਹੈ ਸਤਸੰਗ ਜੀ, ਚਮਕੌਰ ਦੀ ਗੜੀ, ਸਾਹਿਬਜ਼ਾਦਿਆਂ ਦਾ ਜ਼ਿਕਰ ਨਾ ਹੋਵੇ ਤਾਂ ਰਚਨਾ ਅਧੂਰੀ ਹੈ। ਚਮਕੌਰ ਦੇ ਯੁੱਧ 'ਚ ਦੋ ਲਾਲੇ ਤੇਰੇ ਟੋਟੇ ਟੋਟੇ ਹੋ ਗਏ ਸੀ, ਚਮਕੌਰ ਦੇ ਯੁੱਧ 'ਚ ਦੋ ਲਾਲੇ ਤੇਰੇ ਟੋਟੇ ਟੋਟੇ ਹੋ ਗਏ ਸੀ, ਸਿੱਖੀ ਦਾ ਮਹਿਲ ਉਸਾਰਨ ਲਈ ਦੋ ਕੰਧਾਂ ਵਿੱਚ ਖਲੋ ਗਏ ਸੀ, ਸਿੱਖੀ ਦਾ
ਕੰਧਾਂ ਵਿੱਚ ਖਲੋ ਗਏ ਸੀ, ਸਾਜਨ ਸਿਰ ਨੀਵਾਂ ਕਰ ਗਏ ਓ ਸਾਜਨ, ਸਾਜਨ ਸਿਰ ਨੀਵਾਂ ਕਰ ਗਏ ਓ ਸਰਹੰਦ ਦੀਆਂ ਦੀਵਾਰਾਂ ਦਾ ਕੋਈ ਮੁੱਲ ਨਹੀਂ ਤਾਰਿਆ ਜਾ ਸਕਦਾ, ਕਲਗੀਧਰ ਦੇ ਕਲਗੀਧਰ ਦੇ ਕਲਗੀਧਰ ਦੇ ਉਪਕਾਰਾਂ ਦਾ, ਕਲਗੀਧਰ ਦੇ ਉਪਕਾਰਾਂ ਦਾ, ਕਲਗੀਧਰ ਦੇ ਉਪਕਾਰਾਂ ਦਾ ਕੋਈ ਮੁੱਲ ਨਹੀਂ ਤਾਰਿਆ ਜਾ ਸਕਦਾ, ਕੋਈ ਮੁੱਲ ਨਹੀਂ ਤਾਰਿਆ ਜਾ ਸਕਦਾ, ਕੋਈ ਮੁੱਲ ਨਹੀਂ ਤਾਰਿਆ ਜਾ ਸਕਦਾ। ਪਰਮ ਸਤਿਕਾਰਯੋਗ ਸਤਿਗੁਰਾਂ ਦੀ ਗੋਦੀ ਵਿੱਚ ਬੈਠੇ ਸਤਿਗੁਰਾਂ ਦੇ ਇੱਕ ਹੀ ਵਿਸ਼ੇ ਗੁਰੂ ਪਿਆਰੀ ਸਾਹਿਬ ਸੰਗਤ ਜੀਓ, ਆਓ ਦਸ਼ਮੇਸ਼ ਪਿਤਾ ਜੀ ਪਰੰਪਰਾ ਨੂੰ, ਜਿਨ੍ਹਾਂ ਨੇ 52 ਕਵੀ ਗੁਰੂ ਦਰਬਾਰ ਵਿੱਚ ਸਾਜੇ ਸਨ ਸ਼੍ਰੀ ਪਾਉਂਟਾ ਸਾਹਿਬ, ਉਸ ਪਰੰਪਰਾ ਨੂੰ ਚਾਲੂ ਰੱਖਦਿਆਂ ਹੋਇਆਂ, ਉਸ ਜੋਤ ਨੂੰ ਜਗਦੀ ਰੱਖਦਿਆਂ ਹੋਇਆਂ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਡਾ ਸਾਹਿਬ ਇਹਨਾਂ ਨੇ ਬਹੁਤ ਵੱਡਾ ਉਪਰਾਲਾ ਕੀਤਾ ਹੈ, ਜੋ ਕਿ ਹਰ ਪੂਰਨਮਾਸ਼ੀ 'ਤੇ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਚਲਾਈ ਪਰੰਪਰਾ ਨੂੰ ਵੀ ਗੁਰੂ ਦਰਬਾਰ ਵਿੱਚ ਸਮਾਂ ਦਿੰਦੇ ਹਨ। ਆਓ ਉਹਨਾਂ ਦੇ ਨਾਂ 'ਤੇ ਇੱਕ ਫਤਿਹ ਦੀ ਸਾਂਝ ਪਾਈਏ, ਕਿਉਂਕਿ ਕਵੀ ਦਰਬਾਰ ਜਕਾਰਿਆਂ ਦਾ, ਹੁਲਾਰਿਆਂ ਦਾ ਅਤੇ ਸਤਿਕਾਰ ਦਾ ਇੱਕ ਅੰਗ ਹੈ। ਆਓ ਕੋਈ ਰਸਨਾ ਖਾਲੀ ਨਾ ਰਹਿ ਜਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਵੀਆਂ ਨੇ ਆਪਣੇ ਇਤਿਹਾਸ, ਆਪਣੀ ਕੌਮ ਅਤੇ ਖਾਲਸੇ ਦੀ ਗੱਲ ਕਰਨੀ ਹੈ, ਸਮੇਂ ਦੀ ਗੱਲ ਕਰਨੀ ਹੈ। ਅਤੇ ਆਓ ਮੈਂ ਸਿੱਖ ਕੌਮ ਦੀ ਗੱਲ, ਸਿੱਖ ਧਰਮ ਦੀ ਗੱਲ, ਸਿੱਖ ਪੰਥ ਦੀ ਗੱਲ ਤੁਹਾਡੇ ਨਾਲ ਸਾਂਝੀ ਕਰਾਂਗਾ। ਮੈਨੂੰ ਪੂਰਨ ਵਿਸ਼ਵਾਸ ਹੈ ਕਿ ਤੁਸੀਂ ਕਵੀ ਦਰਬਾਰ ਸਾਡੇ ਊੜਾ ਐੜਾ ਹੈ ਖਾਲਸਾ ਜੀ, ਊੜਾ ਐੜਾ, ਅਤੇ ਇਹ ਮਹਾਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਡੇ PhD ਹਨ। ਸਾਨੂੰ ਊੜਾ ਐੜਾ ਸਿੱਖਣ ਵਾਸਤੇ ਸਾਹਿਬਾਂ ਨੇ ਕਵੀ ਦਰਬਾਰਾਂ ਦਾ ਆਗਾਜ਼ ਕੀਤਾ ਸੀ। ਤੋ ਆਓ ਉਹਨਾਂ ਨੂੰ ਹੀ ਸਮਰਪਿਤ ਅੱਜ ਇਹ ਕਵੀ ਦਰਬਾਰ ਵਿੱਚ ਪਹਿਲੀ ਹਾਜ਼ਰੀ ਦਾਸ ਨੂੰ ਲਾਉਣ ਦਾ ਮੌਕਾ ਦਿੱਤਾ ਹੈ, ਮੈਂ ਧੰਨਵਾਦੀ ਹਾਂ। ਇੱਕ ਗੱਲ ਜ਼ਰੂਰ ਕਹਾਂਗਾ ਹੱਥ ਬੰਨ ਕੇ, ਕਿ ਮੈਂ ਜੋ ਕੁਛ ਕਰਦਾ ਹਾਂ ਮੇਰੇ ਪਾਤਸ਼ਾਹ ਕਰਾਉਂਦੇ ਹਨ।
ਮੇਰਾ ਤਾਂ ਗਰੀਬ ਦਾ ਨਾਂ ਹੋ ਜਾਂਦਾ ਹੈ ਕਿ ਮਹਾਂਕਵੀ ਹੈ, ਲੇਕਿਨ ਕਰਨ ਵਾਲੇ ਪਾਤਸ਼ਾਹ ਹਨ। ਆਓ ਗੱਲ ਕਰੀਏ ਵੀ ਠੱਲ ਪਾਈ ਜਿਸਨੇ ਬਾਬਰ ਧਾੜਵੀ ਨੂੰ, ਠੱਲ ਪਾਈ ਜਿਸਨੇ ਬਾਬਰ ਧਾੜਵੀ ਨੂੰ, ਕਮਰ ਤੋੜੀ ਸੀ ਨਾਦਰ ਦੁਰਾਨੀਆਂ ਦੀ। ਪੰਨਾ ਪੰਨਾ ਇਤਿਹਾਸ ਦਾ ਬੋਲਦਾ ਹੈ, ਸਿੱਖ ਕੌਮ ਹੈ ਸਿਰਾਂ ਦੇ ਦਾਨੀਆਂ ਦੀ। ਖਾਲਸਾ ਜੀ, ਇਹਨਾਂ ਕਵੀ ਦਰਬਾਰਾਂ ਵਿੱਚ ਦਸ਼ਮੇਸ਼ ਪਿਤਾ ਆਪ ਜਕਾਰੇ ਲਾਉਂਦੇ ਸਨ, ਸੰਗਤਾਂ ਜਕਾਰੇ ਲਾਉਂਦੀਆਂ ਸਨ, ਅਤੇ ਇਹ ਕਵੀ ਦਰਬਾਰ ਕੌਮ ਦੀ ਨਬਜ਼ ਨੂੰ, ਖੂਨ ਨੂੰ ਗਰਮ ਕਰਕੇ ਰੱਖਦੇ ਹਨ। ਠੱਲ ਪਾਈ ਜਿਸਨੇ ਓਏ ਬਾਬਰ ਧਾੜਵੀ ਨੂੰ, ਕਮਰ ਤੋੜੀ ਸੀ ਨਾਦਰ ਦੁਰਾਨੀਆਂ ਦੀ। ਪੰਨਾ ਪੰਨਾ ਇਤਿਹਾਸ ਦਾ ਬੋਲਦਾ ਹੈ, ਸਿੱਖ ਕੌਮ ਹੈ ਸਿਰਾਂ ਦੇ ਦਾਨੀਆਂ ਦੀ। ਸੁਣਨਾ ਖਾਲਸਾ ਜੀ, ਗੱਲ ਸ਼ੁਰੂ ਹੁੰਦੀ ਬਾਬਰ ਬਾਦਸ਼ਾਹ ਤੋਂ, ਗੱਲ ਸ਼ੁਰੂ ਹੁੰਦੀ ਬਾਬਰ ਬਾਦਸ਼ਾਹ ਤੋਂ, ਜਿਸਨੇ ਕਾਬਲੋਂ ਮੁਗਲ ਚੜ੍ਹਾਇਆ ਹੈ ਸੀ, ਚੱਕੀਆਂ ਪੀਸ ਕੇ ਬਾਬਰੀ ਜੇਲ੍ਹ ਅੰਦਰ ਨਾਨਕ ਪਾਤਸ਼ਾਹ ਜਗ ਜਗਾਇਆ ਹੈ ਸੀ। ਸ਼ੁਰੂ ਗੱਲ ਹੋਈ, ਗੱਲ ਤੁਰੀ ਅੱਗੇ ਪੰਜਵੇਂ ਪਾਤਸ਼ਾਹ ਨੂੰ, ਜ਼ਾਲਮ ਤਵੀਆਂ ਦੇ ਉੱਤੇ ਬਿਠਾਇਆ ਹੈ ਸੀ, ਜ਼ੁਲਮ ਸ਼ੋ ਗਿਆ ਸਿਖਰ ਕਸ਼ਮੀਰ ਅੰਦਰ, ਨਾਵੇਂ ਪਾਤਸ਼ਾਹ ਸੀਸ ਕਟਾਇਆ ਹੈ ਸੀ। ਖਾਲਸਾ ਜੀ, ਕੌਮ ਦੀ ਗੱਲ ਕਰ ਰਿਹਾ ਹਾਂ। ਫਿਰ ਤੇ ਸ਼ੁਰੂ ਹੋ ਗਈ ਤਵਾਰੀਖ ਖੂਨੀ, ਖੂਨੀ ਸਾਕਿਆਂ ਖੂਨੀ ਕਹਾਣੀਆਂ ਦੀ। ਪੰਨਾ ਪੰਨਾ ਇਤਿਹਾਸ ਦਾ ਬੋਲਦਾ ਜੇ ਸਿੱਖ ਕੌਮ ਹਸਰਾਂ ਦੇ ਦਾਨੀਆਂ ਦੀ। ਮਾਣ ਹੈ ਕੌਮ ਤੇ ਸਾਨੂੰ ਸਾਰਿਆਂ ਨੂੰ, ਤੇ ਦੁਨੀਆਂ ਜਾਣਦੀ ਹੈ ਕਿਵੇਂ ਨਾਲ ਆ ਰਹੇ। ਇਤਿਹਾਸ ਦੀ ਯਾਦ ਕਰਾ ਰਿਹਾ, ਦੁਨੀਆਂ ਜਾਣਦੀ ਹੈ ਕਿਵੇਂ ਨਾਲ ਆ ਰਹੇ। ਮਤੀ ਦਾਸ ਨੂੰ ਕਰ ਦੁਫਾੜ ਦਿੱਤਾ, ਸਤੀ ਦਾਸ ਨੂੰ ਬੰਨ ਕੇ ਰੂਈ ਰੱਜ ਕੇ ਸ਼ਰੇਆਮ ਜਿਉਂਦਿਆਂ ਸਾੜ ਦਿੱਤਾ। ਕੌਮ ਦੇ ਵਾਰਸ ਅਸੀਂ, ਭਾਈ ਦਿਆਲੇ ਨੂੰ ਦੇਗ ਦੇ ਵਿੱਚ ਪਾ ਕੇ ਕਾੜ ਕਾੜ ਸਰੀਰ ਨੂੰ ਕਾੜ ਦਿੱਤਾ, ਇਹਨਾਂ ਸਿੱਖਾਂ ਨੇ ਸਗੋਂ ਸ਼ਹੀਦ ਹੋ ਕੇ ਰੰਗ ਨਵਾਂ ਕੁਰਬਾਨੀ ਨੂੰ ਚਾੜ ਦਿੱਤਾ। ਅਤੇ ਖਾਲਸਾ ਜੀ, ਸੁਣਨਾ ਆਪਣਾ ਇਤਿਹਾਸ, ਅਸੀਂ ਕੋਈ ਛੋਟੇ ਮੋਟੇ ਇਤਿਹਾਸ ਦੇ ਮਾਲਕ ਨਹੀਂ, ਦੁਨੀਆਂ ਜਾਣ। ਅੱਜ ਵੀ ਚਾਂਦਨੀ ਚੌਂਕ ਗਵਾਹੀ ਭਰਦਾ, ਅੱਜ ਵੀ ਚਾਂਦਨੀ ਚੌਂਕ ਗਵਾਹੀ ਭਰਦਾ ਸਿੱਖ ਕੌਮ ਦੇ ਮਹਾਬਲੀਦਾਨੀਆਂ ਦੀ। ਪੰਨਾ ਪੰਨਾ ਇਤਿਹਾਸ ਦਾ ਬੋਲਦਾ ਜੇ ਆ ਸਿੱਖ ਕੌਮ ਹੈ ਸਿਰਾਂ ਦੇ ਦਾਨੀਆਂ ਦੀ। ਖਾਲਸਾ ਜੀ, ਆਪਣਾ ਇਤਿਹਾਸ ਘਰ ਲੈ ਕੇ ਜਾਣਾ, ਖੂਨੀ ਪੰਨੇ ਇਤਿਹਾਸ ਦੇ ਲਿਖੇ ਗਏ ਨੇ, ਖੂਨੀ ਪੰਨੇ ਇਤਿਹਾਸ ਦੇ ਲਿਖੇ ਗਏ ਨੇ। ਜੋ ਜੋ ਜ਼ਾਲਮਾ ਜ਼ੁਲਮ ਕਮਾਏ ਇੱਥੇ, ਇੱਥੇ ਬਸ ਨਹੀਂ ਟੋਟੇ ਬੱਚਿਆਂ ਦੇ, ਮਾਵਾਂ ਝੋਲੀਆਂ ਵਿੱਚ ਪਵਾਏ ਇੱਥੇ ਧਨ ਮਾਵਾਂ।
ਜੋ ਜੋ ਜ਼ਾਲਮਾਂ ਜ਼ੁਲਮ ਕਮਾਏ ਇੱਥੇ ਇੱਥੇ ਬਸ ਨੇ ਟੋਟੇ ਪੁੱਤਰਾਂ ਦੇ ਮਾਵਾਂ ਝੋਲੀਆਂ ਵਿੱਚ ਪੁਆਏ ਇੱਥੇ ਤੇ ਸੁਣਨਾ ਸਵਾ ਸਵਾ ਮਣ ਪੀਸਣਾ ਪੀਸਿਆ ਸੀ ਦੋ ਕਿਲੋ ਨਹੀਂ ਪੀਸਿਆ ਜਾਂਦਾ ਸਵਾ ਸਵਾ ਮਣ ਸਲੂਟ ਹੈ ਉਹਨਾਂ ਮਾਵਾਂ ਨੂੰ ਸਵਾ ਸਵਾ ਮਣ ਪੀਸਣਾ ਪੀਸਿਆ ਸੀ ਪੁੱਤਰ ਨੇਜਿਆਂ ਉੱਤੇ ਟੰਗਾਏ ਇੱਥੇ ਐਵੇਂ ਮਿਲੀਆਂ ਨਹੀਂ ਸਰਦਾਰੀਆਂ ਐ ਮੁੱਲ ਖਾਲਸੇ ਬੜੇ ਚੁਕਾਏ ਇੱਥੇ ਤੇ ਖਾਲਸਾ ਜੀ ਸੁਣਨਾ ਨਦੀਆਂ ਵਾਂਗਰਾਂ ਖੂਨ ਬਹਾਇਆ ਸਿੰਘਾਂ ਨਦੀਆਂ ਦੇ ਵਾਂਗਰਾਂ ਖੂਨ ਬਹਾਇਆ ਸਿੰਘਾਂ ਧਰਤੀ ਦੱਸਦੀ ਹੈ ਪੰਜਾਂ ਪਾਣੀਆਂ ਦੀ ਪੰਨਾ ਪੰਨਾ ਇਤਿਹਾਸ ਦਾ ਬੋਲਦਾ ਹੈ ਸਿੱਖ ਕੌਮ ਹੈ ਸਿਰਾਂ ਦੇ ਦਾਨੀਆਂ ਦੀ ਤੇ ਆਓ ਖਾਲਸਾ ਜੀ ਨੀਹਾਂ ਵਿੱਚ ਖੜ ਕੇ ਛੋਟੇ ਸਾਹਿਬਜ਼ਾਦੇ ਯਾਦ ਕਰੋ ਚਮਕੌਰ ਤੇ ਸਰਹੰਦ ਨੂੰ ਨੀਹਾਂ ਵਿੱਚ ਖੜ ਕੇ ਛੋਟੇ ਸਾਹਿਬਜ਼ਾਦੇ ਵਜ਼ੀਰ ਖਾਨ ਨੂੰ ਆਪ ਲਲਕਾਰਦੇ ਰਹੇ ਅਜੀਤ ਸਿੰਘ ਜੁਝਾਰ ਚਮਕੌਰ ਅੰਦਰ ਚੁਣ ਚੁਣ ਵੈਰੀ ਦੇ ਦਲਾਂ ਨੂੰ ਮਾਰਦੇ ਰਹੇ ਖਾਲਸਾ ਜੀ ਜਿੱਥੇ ਕੋਈ ਇਤਿਹਾਸ ਦੀ ਚੰਗੀ ਕੁਰਬਾਨੀ ਦੀ ਗੱਲ ਲੱਗੇ ਜੈਕਾਰਾ ਛੱਡਿਆ ਕਰੋ ਤੁਹਾਡੀ ਪ੍ਰਵਾਨਗੀ ਉੱਤੇ ਹੋ ਰਹੀ ਹੈ ਅਤੇ ਲੱਖਾਂ ਨਾਲ ਸੀ ਇੱਕ ਇੱਕ ਸਿੰਘ ਲੜਦਾ ਇਤਿਹਾਸ 'ਤੇ ਲਿਖਿਆ ਮੈਂ ਕੋਈ ਉਹ ਆਪਣੇ ਮਨੋਂ ਗੱਲ ਨਹੀਂ ਕਹਿ ਰਿਹਾ ਲੱਖਾਂ ਨਾਲ ਇੱਕ ਇੱਕ ਸਿੰਘ ਲੜਦਾ ਝੁਕਦੇ ਕਈ ਰਾਜੇ ਬਾਈ ਧਾਰਦੇ ਰਹੇ ਅੱਖਾਂ ਸਾਹਮਣੇ ਪੁੱਤਰ ਸ਼ਹੀਦ ਹੋ ਗਏ ਸਤਿਗੁਰ ਰੱਬ ਦਾ ਸ਼ੁਕਰ ਗੁਜ਼ਾਰਦੇ ਰਹੇ ਤੇ ਖਾਲਸਾ ਜੀ ਜਿਹੜੀਆਂ ਜਿੰਦਾਂ ਚਮਕੌਰ ਦੀ ਗੜੀ ਖਾ ਗਈ ਜਿਹੜੀਆਂ ਜਿੰਦਾਂ ਚਮਕੌਰ ਦੀ ਗੜੀ ਖਾ ਗਈ ਕੌਮ ਰਿਣੀ ਉਹਨਾਂ ਜਿੰਦ ਗਾਨੀਆਂ ਦੀ ਪੰਨਾ ਪੰਨਾ ਇਤਿਹਾਸ ਦਾ ਬੋਲਦਾ ਹੈ ਸਿੱਖ ਕੌਮ ਹੈ ਸਿਰਾਂ ਦੇ ਦਾਨੀਆਂ ਦੀ ਆਖਰੀ ਗੱਲ ਵੀ ਕੌਮ ਨਿਕਲੀ ਹੈਡ ਸਾਹਿਬ ਕੌਮ ਨਿਕਲੀ ਖੰਡੇ ਦੀ ਧਾਰ ਵਿੱਚੋਂ ਜੋ ਦੇ ਇਸ ਦਾ ਨਾਮ ਕਮਾ ਗਏ ਨੇ ਦਿੱਲੀ ਲਾਹੌਰ ਕਾਬਲ ਜਮਰੌਦ ਦੇ ਉੱਤੇ ਝੰਡੇ ਕੇਸਰੀ ਆਪ ਝੁਲਾ ਗਏ ਨੇ ਸੁਣਨਾ ਸੋਹਣੇ ਸ਼ੈਲ ਸ਼ਬੀਲੇ ਨੇ ਡਰ ਗੱਭਰੂ ਹੱਸ ਕੇ ਫਾਂਸੀਆਂ ਗਲਾਂ ਵਿੱਚ ਪਾ ਗਏ ਨੇ ਯਾਦ ਰੱਖੂ ਨਿਆਜੀ ਦਾ ਲੱਖ ਫੌਜੀ ਜਿਹਨੂੰ ਖਾਲਸੇ ਸਬਕ ਸਿਖਾ ਗਏ ਨੇ ਤੇ ਲਾਈਨਾਂ ਸੁਣਨਾ ਨਿਮਰ ਨਾ ਨਲੂਆ ਇਤਿਹਾਸ ਕੰਬਦਾ ਹੈ ਨਿਮਰ ਨਾ ਨਲੂਆ ਅੱਜ ਵੀ ਪਵੇ ਕੰਨੀ ਉਹ ਜਿੰਦ ਨਿਕਲ ਜੇ ਝੱਟ ਪਠਾਣੀਆਂ ਦੀ ਪੰਨਾ ਪੰਨਾ ਇਤਿਹਾਸ ਦਾ ਬੋਲਦਾ ਜੇ ਸਿੱਖ ਕੌਮ ਹੈ ਸਿਰਾਂ ਦੇ ਦਾਨੀਆਂ ਦੀ ਸਿੱਖ ਕੌਮ ਹੈ ਸਿਰਾਂ ਦੇ ਦਾਨੀਆਂ ਦੀ ਸਿੱਖ ਕੌਮ ਹੈ ਸਿਰਾਂ ਦੇ ਦਾਨੀਆਂ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਤਿਹਾਸ ਦਾ ਬੋਲਦਾ ਹੈ ਪੰਨਾ ਪੰਨਾ ਇਤਿਹਾਸ ਦਾ ਬੋਲਦਾ ਹੈ
ਸਿੱਖ ਕੌਮ ਹੈ ਸਰਬ ਦੇ ਧਰਮਾਂ ਦੀ, ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਹਰ ਸਮੇਂ, ਕਿਉਂਕਿ ਸਿੱਖਾਂ ਨੂੰ ਜੋ ਕੁਝ ਵੀ ਪ੍ਰਾਪਤ ਹੋਇਆ ਸਿਰ ਦੇ ਵੀ ਹੋਇਆ, ਕਿਉਂਕਿ 1699 ਦੀ ਵਿਸਾਖੀ ਵਾਲੇ 5 ਸੀਸ ਦਿੰਦੇ ਆ, ਸੀਸ ਭੇਟ ਦਿਓ ਜੇ ਸਤਿਗੁਰੂ ਸੱਚ ਪਾ, ਕਿਉਂਕਿ ਗੁਰੂ ਸਾਹਿਬਾਂ ਨੇ ਪ੍ਰੇਮ ਦਿੱਤਾ, ਪ੍ਰੇਮ ਬਖਸ਼ਿਆ ਅਤੇ ਪ੍ਰੇਮ ਦੇ ਵਿੱਚ ਸਿੱਖਾਂ ਨੇ ਆਪਣੇ ਸੀਸ ਦੇ ਦਿੱਤੇ, ਆਪਾਂ ਗੁਰੂ ਨੂੰ ਭੇਟਾ ਕਰ ਦਿੱਤਾ। ਜਦ ਤੋਂ ਪ੍ਰੇਮ ਖਿਲਣ ਦਾ ਚਾਹੋ ਫਿਰ ਧਰ ਤਲੀ ਗਲੀ ਗਲੀ ਆਵੇ, ਤਬਾਰ ਰੁਪਏ ਭਰੀਜਾ ਸਿਰ ਬੀਜਾ ਕਾਣ ਨਾ ਖੀਜਾ। ਜੇ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਸਿਧਾਂਤ ਪਹਿਲੇ ਜਾਮੇ ਦੇ ਵਿੱਚ ਬਖਸ਼ਿਸ਼ ਕਰ ਦਿੱਤਾ ਸੀ ਕਿ ਇਹ ਘਰ ਪ੍ਰੇਮ ਵਾਲਿਆਂ ਦਾ, ਅਤੇ ਜੇ ਪ੍ਰੇਮ ਕਰਦੇ ਹਾਂ ਸਾਡੇ ਨਾਲ ਤਾਂ ਫਿਰ ਸਿਰ ਤਲੀ ਰੱਖ ਕੇ ਆਉਣਾ ਪੈਣਾ, ਸੀਸ ਦੇਣਾ ਪੈਣਾ ਅਤੇ ਪਿੱਛੇ ਵੀ ਹੱਟਣਾ, ਅਤੇ ਸਿੱਖਾਂ ਨੇ ਸੀਸ ਦੇ ਕੇ ਅੰਤਰ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖਿਆ। ਸੋ ਭਾਈ ਗੁਰਦਿਆਲ ਸਿੰਘ ਜੀ ਨਿਵਰ ਬੜੇ ਪ੍ਰੇਮ ਦੇ ਵਿੱਚ ਕਵਿਤਾ ਕਹਿ ਕੇ ਗਏ, ਧੰਨਵਾਦ ਹੈ। ਹੁਣ ਮੈਂ ਬੇਨਤੀ ਕਰਾਂਗਾ ਭਾਈ ਬਲਵੀਰ ਸਿੰਘ ਜੀ ਰਿਆੜ ਜਲੰਧਰ ਵਾਲੇ, ਉਹ ਆਪਣੀ ਕਵਿਤਾ ਰਾਹੀਂ ਸੰਗਤਾਂ ਨੂੰ ਨਿਹਾਲ ਕਰਨਗੇ। ਆਓ ਸਰਵਣ ਕਰੀਏ ਲੋਕਾਂ ਦੀ ਕਿਵਾਂ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੋਦ ਵਿੱਚ ਜੁੜ ਬੈਠੀ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ, ਆਓ ਇੱਕ ਵਾਰ ਫਿਰ ਰਸਨਾ ਕਰੋ ਪਵਿੱਤਰ ਅਤੇ ਗੱਜ ਵੱਜ ਕੇ ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰਿਓ, ਤੁਸੀਂ ਕਵੀ ਦਰਬਾਰ ਦੇ ਵਿੱਚ ਜੁੜੇ ਬੈਠੇ ਹੋ, ਥੋੜ੍ਹਾ ਜਿਹਾ ਤੁਹਾਡੇ ਨਾਲ ਸਾਂਝ ਪਾ ਦੇਵਾਂ ਕਿ ਦਸਵੇਂ ਪਾਤਸ਼ਾਹ ਜਦੋਂ ਕਦੀ ਪਾਉਂਟਾ ਸਾਹਿਬ ਦੀ ਧਰਤੀ ਦੇ ਉੱਤੇ 52 ਕਵੀਆਂ ਨੂੰ ਨਾਲ ਲੈ ਕੇ ਇਸੇ ਤਰ੍ਹਾਂ ਕਵੀ ਦਰਬਾਰ ਸਜਾਇਆ ਕਰਦੇ ਸੀ, ਕਿਸੇ ਕਵੀ ਦੀ ਕੋਈ ਤੁਕ, ਕਿਸੇ ਕਵੀ ਦਾ ਕੋਈ ਬੰਦ ਜਦੋਂ ਮਨ ਨੂੰ ਟੁੰਬਦਾ ਸੀ, ਮਨ ਦੇ ਉੱਤੇ ਅਸਰ ਕਰਦਾ ਸੀ, ਅਤੇ ਦਸਵੇਂ ਪਾਤਸ਼ਾਹ ਆਪ ਵੀ ਜੈਕਾਰੇ ਲਾਇਆ ਕਰਦੇ ਸੀ ਅਤੇ ਸੰਗਤ ਨੂੰ ਵੀ ਜੈਕਾਰੇ ਲਾਉਣ ਵਾਸਤੇ ਕਹਿੰਦੇ ਸੀ। ਸੋ ਜਦੋਂ ਵੀ ਕਦੀ ਕਵੀ ਦਰਬਾਰ ਹੋਵੇ, ਗੁਰੂ ਪਿਆਰਿਓ, ਤੁਸੀਂ ਇਹ ਜਿਹੜੀ ਸੇਵਾ ਆਪ ਨਿਭਾਉਣੀ ਹੈ, ਤੁਹਾਡੀ ਜ਼ਿੰਮੇਵਾਰੀ ਹੈ ਕਿ ਕਵੀ ਨੂੰ ਬਿਲਕੁਲ ਧਿਆਨ ਨਾਲ ਸੁਚੇਤ ਹੋ ਕੇ ਸੁਣੋ, ਕਿਉਂਕਿ ਕਵਿਤਾ ਲਿਖਣਾ ਕੋਈ ਸੌਖਾ ਕੰਮ ਨਹੀਂ। ਤੁਹਾਡੇ ਸਾਹਮਣੇ ਹੁਣੇ ਸਰਦਾਰ ਗੁਰਦਿਆਲ ਸਿੰਘ ਜੀ ਨਿਮਰ ਆਪਣੀ ਰਚਨਾ ਪੇਸ਼ ਕਰਕੇ ਗਏ ਹੈ, ਜਿਨ੍ਹਾਂ ਨੇ 7ਵਾਂ ਮਹਾਂਕਾਵ ਇਹਨਾਂ ਦਾ ਹੁਣ ਛਪਣ ਜਾ ਰਿਹਾ। ਔਰ ਉਹ ਮਹਾਂਕਾਵ ਦਾ ਮਤਲਬ ਹੁੰਦਾ ਇੱਕੋ ਵਿਸ਼ੇ ਦੇ ਉੱਤੇ 400-500 ਪੇਜ ਦੀ ਕਿਤਾਬ ਲਿਖ ਦੇਣੀ। ਸੋ ਇਹ ਸੇਵਾ ਇਹਨਾਂ ਦੇ ਹਿੱਸੇ ਆਈ ਹੈ, ਜਿੱਦਾਂ ਭਾਈ ਸਾਹਿਬ ਨੇ ਵੀ ਜ਼ਿਕਰ ਕੀਤਾ। ਸੋ ਮੈਂ ਸਾਰਿਆਂ ਨੂੰ ਇਹ ਬੇਨਤੀ ਕਰਾਂਗਾ ਕਿ ਸੁਚੇਤ ਹੋ ਕੇ ਕਵਿਤਾ ਸੁਣੋ, ਕਵੀ ਦਰਬਾਰ ਦੇ ਨਾਲ ਜੁੜੋ, ਜਿੱਥੇ ਕੋਈ ਮਨ ਨੂੰ ਤੁਕ ਟੁੰਬਦੀ ਆ ਉੱਥੇ ਜੈਕਾਰਾ ਲਗਾਉਣ ਤੋਂ ਕਦੀ ਗੁਰੇਜ਼ ਜਿਹੜਾ ਉਹ ਨਹੀਂ ਕਰਨਾ। ਚੜ੍ਹਦੀ ਕਲਾ ਦਾ ਜੈਕਾਰਾ ਅਤੇ ਹੁੰਗਾਰਾ ਸੰਗਤ ਦੇ ਵਿੱਚ ਵੱਲੋਂ ਆਉਣਾ ਚਾਹੀਦਾ। ਕਵੀ ਦਰਬਾਰ ਸੋਭਦੇ ਜੈਕਾਰਿਆਂ ਅਤੇ ਹੁੰਗਾਰਿਆਂ ਦੇ ਨਾਲ ਹੈ। ਆਓ ਅਸੀਂ ਕੋਈ ਵੀ ਪ੍ਰੋਗਰਾਮ ਕਰਦੇ ਹਾਂ, ਹਰ ਪ੍ਰੋਗਰਾਮ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਦੀ ਰਹਿਨੁਮਾਈ ਦੇ ਵਿੱਚ ਹੁੰਦਾ। ਅੱਜ ਵੀ
ਸਾਡੀ ਅਗਵਾਈ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਕਰ ਰਹੇ ਨੇ ਇਸ ਪ੍ਰੋਗਰਾਮ ਦੇ ਵਿੱਚ। ਚੰਦ ਕੁ ਲਾਈਨਾਂ ਧੰਨ ਗੁਰੂ ਗ੍ਰੰਥ ਸਾਹਿਬ ਦੀ ਉਸਤਤ ਦੇ ਵਿੱਚ ਕਹਿ ਕੇ ਮੈਂ ਅਗਲੀ ਗੱਲ ਤੁਹਾਡੇ ਨਾਲ ਸਾਂਝੀ ਕਰਾਂਗਾ। ਨਿਮਰ ਜੀ, ਸ਼ਾਨ ਜੀ, ਦੀਪ ਜੀ, ਕਿ ਗੱਲ ਗੁਰੂ ਗ੍ਰੰਥ ਦੀ ਕਰਨ ਲੱਗਾ, ਗੱਲ ਗੁਰੂ ਗ੍ਰੰਥ ਦੀ ਕਰਨ ਲੱਗਾ, ਜਿਸ ਦਾ ਸਾਨੀ ਨਾ ਕੋਈ ਸੰਸਾਰ ਅੰਦਰ। ਭੱਟਾਂ ਭਗਤਾਂ ਅਤੇ ਗੁਰੂਆਂ ਨੇ ਰਚੀ ਬਾਣੀ, ਆ ਲਿਖੀ ਹੋਈ ਹੈ ਬੜੇ ਪਿਆਰ ਅੰਦਰ। ਰਾਗ ਵੱਧ ਬਾਣੀ, ਛੰਦ ਵੱਧ ਬਾਣੀ, ਰਾਗ ਵੱਧ ਬਾਣੀ, ਛੰਦ ਵੱਧ ਬਾਣੀ, ਪੜ੍ਹ ਕੇ ਜੁੜਦਾ ਮਨ ਕਰਤਾਰ ਅੰਦਰ। ਇਹਨੂੰ ਸੁਬਾਹ ਪੜ੍ਹੀਏ, ਇਹਨੂੰ ਸ਼ਾਮ ਪੜ੍ਹੀਏ। ਉਸਤਾਦ ਜੀ, ਇਹਨੂੰ ਸੁਬਾਹ ਪੜ੍ਹੀਏ, ਇਹਨੂੰ ਸ਼ਾਮ ਪੜ੍ਹੀਏ, ਪੜ੍ਹੀਏ ਕਿਸੇ ਵੀ ਰੁੱਤ ਬਹਾਰ ਅੰਦਰ। ਮਨ ਅੱਕੇ ਨਾ ਥੱਕੇ ਬਾਣੀ ਪੜ੍ਹ ਪੜ੍ਹ ਕੇ, ਮਨ ਅੱਕੇ ਨਾ ਥੱਕੇ ਬਾਣੀ ਪੜ੍ਹ ਪੜ੍ਹ ਕੇ, ਇਹ ਰਸ ਕਰੇ ਪੈਦਾ ਬਾਰ ਬਾਰ ਅੰਦਰ। ਇਹ ਤਾਂ ਥਾਲ ਪਰੋਸਿਆ ਗੁਰੂ ਪੰਜਵੇਂ, ਇਹ ਤਾਂ ਥਾਲ ਪਰੋਸਿਆ ਗੁਰੂ ਪੰਜਵੇਂ, ਰੱਖਿਆ ਸੱਤ ਸੰਤੋਖ ਵਿਚਾਰ ਅੰਦਰ। ਮਨ ਲਾ ਕੇ ਜੁੜੇ ਜੋ ਨਾਲ ਇਸ ਦੇ, ਰਹੇ ਚੱਲਦੀ ਅੰਮ੍ਰਿਤ ਦੀ ਧਾਰ ਅੰਦਰ। ਰਿਆੜ ਗੁਰੂ ਗ੍ਰੰਥ ਤੋਂ ਸੇਧ ਲੈ ਕੇ, ਸੁਖੀ ਵਸੀਏ ਘਰ ਪਰਿਵਾਰ ਅੰਦਰ, ਸੁਖੀ ਵਸੀਏ ਘਰ ਪਰਿਵਾਰ ਅੰਦਰ। ਗੁਰੂ ਪਿਆਰਿਓ, ਜਿਹੜੇ ਕਦੀ ਕਹਿੰਦੇ ਸੀ ਨਾ, ਜਦੋਂ ਉਹਨਾਂ ਨੂੰ ਕਿਹਾ ਜਾਂਦਾ ਸੀ ਕਿ ਜ਼ੁਲਮ ਦਾ ਡੱਟ ਕੇ ਮੁਕਾਬਲਾ ਕਰਨਾ, ਉਹ ਅੱਗਿਓਂ ਜਵਾਬ ਪਤਾ ਕੀ ਦਿੰਦੇ ਸੀ? ਉਹ ਕਹਿੰਦੇ ਸੀ, ਹਮ ਤੋਂ ਤੋਲਣ ਜਾਣੇ ਤੱਕੜੀ, ਆ ਨੰਗੀ ਕਰਦ ਕਦੇ ਨਹੀਂ ਪਕੜੀ, ਚਿੜੀ ਉੜੇ ਡਰ ਸੇ ਮਰ ਜਾਏ, ਮੁਗਲੋਂ ਸੇ ਕੈਸੇ ਲੜ ਪਾਏ। ਇਹ ਕਹਿਣ ਵਾਲਿਆਂ ਨੂੰ ਦਸ਼ਮੇਸ਼ ਪਿਤਾ ਨੇ 1699 ਦੀ ਵਿਸਾਖੀ ਨੂੰ ਖੰਡੇ ਬਾਟੇ ਦੀ ਪੌਲ ਦੇ ਕੇ ਗਿੱਦੜਾਂ ਤੋਂ ਸ਼ੇਰ ਬਣਾਇਆ, ਚਿੜੀਆਂ ਦੇ ਨਾਲ ਬਾਜ, ਚਿੜੀਆਂ ਬਾਜਾਂ ਦੇ ਨਾਲ ਲੜਾਈਆਂ। ਉਹ ਗੁਰੂ ਪਿਆਰਿਓ, ਕੀ ਸੀ ਉਸ ਖੰਡੇ ਦੀ ਪੌਲ ਦੇ ਵਿੱਚ, ਕੀ ਸੀ ਉਸ ਬਾਟੇ ਦੇ ਵਿੱਚ, ਜਿਹਨੇ ਸਿੱਖ ਕੌਮ ਨੂੰ ਇੰਨੀ ਬਹਾਦਰ ਔਰ ਜ਼ੁਲਮ ਦੇ ਨਾਲ ਟਾਕਰਾ ਕਰਨ ਵਾਸਤੇ ਤਿਆਰ ਕਰ ਦਿੱਤਾ, ਕਿ ਖੰਡੇ ਬਾਟੇ ਵਿੱਚ ਖਬਰੇ ਕੀ ਪਾਇਆ। ਉਸਤਾਦ ਜੀ, ਖੰਡੇ ਬਾਟੇ ਵਿੱਚ ਖਬਰੇ ਕੀ ਪਾਇਆ? ਉਹ ਜਿਹਨੇ ਛਕਿਆ ਕੀਤਾ ਇਕਰਾਰ, ਉਸਨੇ ਸਾਧ ਗੁਰੂ ਦਾ ਕਦੇ ਵੀ ਛੱਡਿਆ ਨਹੀਂ, ਝੱਲੇ ਕਸ਼ਟ ਸੀ ਭਾਵੇਂ ਹਜ਼ਾਰ, ਉਸਨੇ ਨੰਗੀ ਕਰਦ ਨਹੀਂ ਜਿਸਨੇ ਕਦੇ ਪਕੜੀ, ਉਹ ਮੈਦਾਨੇ ਜੰਗ ਵਿੱਚ ਵਾਹੀ ਤਲਵਾਰ, ਉਸਨੇ ਬੰਦ ਬੰਦ ਵੀ ਬੇਸ਼ੱਕ ਗਏ ਕੱਟੇ, ਕੀਤੀ ਸੀ ਨਹੀਂ ਕਦੀ ਰਿਆੜ, ਉਸਨੇ ਜੇਕਰ ਚਿੜੀ ਨੇ ਉਹਦੇ 'ਚੋਂ ਚੁੰਝ ਭਰ ਲਈ, ਜੇਕਰ ਚਿੜੀ ਨੇ ਅੰਮ੍ਰਿਤ 'ਚੋਂ ਚੁੰਝ ਭਰ ਲਈ, ਉਹ ਦਿੱਤਾ ਬਾਜ ਦਾ ਕਾਲਜਾ ਪਾੜ, ਉਸਨੇ ਤੇ ਆਪ ਛਕ ਗਿਆ ਜਦੋਂ ਛਕਾਉਣ ਵਾਲਾ, ਦਿੱਤਾ ਕੌਮ ਤੋਂ ਵਾਰ ਪਰਵਾਰ, ਉਸਨੇ
ਜੇਕਰ ਚਿੜੀ ਨੇ ਅੰਮ੍ਰਿਤ ਚੋਂ ਚੁੰਝ ਭਰ ਲਈ, ਦਿੱਤਾ ਬਾਜ ਦਾ ਕਾਲਜਾ ਪਾੜ ਉਸ ਨੇ, ਆਪ ਛੱਕ ਗਿਆ ਉਹ ਜਦੋਂ ਛਕਾਉਣ ਵਾਲਾ, ਦਿੱਤਾ ਕੌਮ ਤੋਂ ਵਾਰ ਪਰਿਵਾਰ ਉਸ ਨੇ। ਅਤੇ ਗੁਰੂ ਪਿਆਰਿਓ, ਅਸੀਂ ਅਕਸਰ ਕਹਿੰਦੇ ਹਾਂ ਕਿ ਦਸਮੇਸ਼ ਪਿਤਾ ਦੀ ਉਮਰ ਕੇਵਲ 42 ਸਾਲ ਦੀ ਹੋਈ ਹੈ। 42 ਸਾਲ ਦੀ ਉਮਰ ਕੋਈ ਬਹੁਤੀ ਵੱਡੀ ਉਮਰ ਨਹੀਂ ਹੁੰਦੀ। ਸਾਡੇ ਵਿੱਚ ਬਹੁਤ ਸਾਰੇ ਨੇ ਜਿਹੜੇ 42 ਸਾਲ ਤੋਂ ਉੱਪਰ ਦੇ ਬੈਠੇ ਨੇ, ਉਸ 'ਚ ਭਲੀ ਭਾਂਤ ਸਮਝ ਸਕਦੇ ਆ ਕਿ 42 ਸਾਲ ਦੀ ਉਮਰ ਕਿੰਨੀ ਕੁ ਹੋਈ। ਪਰ 42 ਸਾਲ ਦੀ ਉਮਰ 'ਚ ਜੋ ਕਾਰਨਾਮੇ ਦਸਮੇਸ਼ ਪਿਤਾ ਜੀ ਕਰ ਗਏ, ਉਹ ਕਮਾਲੋ ਕਮਾਲ ਨੇ। ਉਹਨਾਂ ਨੂੰ ਕਰਨਾ ਤਾਂ ਕੀ, ਉਹਨਾਂ ਨੂੰ ਇੱਥੇ ਬਿਆਨ ਕਰਨਾ ਵੀ ਮੁਸ਼ਕਲ ਹੈ। ਪਰ ਗੁਰੂ ਪਿਆਰਿਓ, ਦਸਮੇਸ਼ ਪਿਤਾ 'ਤੇ ਕਰ ਗਏ, ਉਹਨਾਂ ਦਾ ਪਰਿਵਾਰ, ਉਹਨਾਂ ਦੇ ਛੋਟੇ ਛੋਟੇ ਲਾਲ ਵੱਡੀ ਵੱਡੀ ਕੁਰਬਾਨੀ ਕਰ ਗਏ, ਪਰ ਸਾਨੂੰ ਵੀ ਕੁਝ ਉਹ ਕਰਨ ਵਾਸਤੇ ਕਹਿ ਗਏ। ਨਿਮਰ ਜੀ, ਅਰਜ਼ ਕਰਨ ਲੱਗਾ ਕਿ ਦਸਵੇਂ ਪਾਤਸ਼ਾਹ ਆਖਿਆ ਖਾਲਸੇ ਨੂੰ, ਦਸਵੇਂ ਪਾਤਸ਼ਾਹ ਆਖਿਆ ਖਾਲਸੇ ਨੂੰ, ਤੇਰੀ ਵੱਖਰੀ ਖਾਲਸਾ ਤੋਰ ਹੋਵੇ, ਹਰ ਸਿੱਖ ਦੇ ਨਾਮ ਨਾਲ ਸਿੰਘ ਲੱਗੇ ਅਤੇ ਹਰ ਸਿੰਘਣੀ ਦੇ ਨਾਮ ਨਾਲ ਕੌਰ ਹੋਵੇ। ਹਰ ਸਿੱਖ ਦੇ ਨਾਮ ਨਾਲ ਸਿੰਘ ਲੱਗੇ ਅਤੇ ਹਰ ਸਿੰਘਣੀ ਦੇ ਨਾਮ ਨਾਲ ਕੌਰ ਹੋਵੇ। ਕਹਿਣੀ ਕਥਨੀ ਦਾ ਖਾਲਸਾ ਹੋਵੇ ਪੱਕਾ, ਕਹਿਣੀ ਕਥਨੀ ਦਾ ਖਾਲਸਾ ਹੋਵੇ ਪੱਕਾ, ਅੰਦਰੋਂ ਹੋਰ ਅਤੇ ਬਾਹਰੋਂ ਨਾ ਹੋਰ ਹੋਵੇ। ਆਵੇ ਖਾਲਸਾ ਨਾ ਕਦੇ ਹੰਕਾਰ ਅੰਦਰ, ਭਾ ਕੋਲ ਲੱਖ ਅਤੇ ਭਾਵੇਂ ਕਰੋੜ ਹੋਵੇ, ਕਰ ਸਕੇ ਮਜ਼ਲੂਮ ਦੀ ਸਦਾ ਰੱਖਿਆ, ਅੰਦਰ ਹੌਂਸਲਾ ਅਤੇ ਬਾਹਾਂ ਵਿੱਚ ਜ਼ੋਰ ਹੋਵੇ। ਬਾਣਾ ਵੱਖਰਾ ਸਿੰਘ ਦਾ ਨਜ਼ਰ ਆਵੇ, ਸੀਸ ਉੱਤੇ ਦਸਤਾਰ ਦੀ ਟੌਰ ਹੋਵੇ। ਸਵਾ ਲੱਖ ਨਾਲ ਲੜੇ ਸਿੰਘ ਮੇਰਾ, ਸਵਾ ਲੱਖ ਨਾਲ ਲੜੇ ਸਿੰਘ ਮੇਰਾ, ਉਹ ਵੇਖੇ ਦੁਸ਼ਮਣ ਅਤੇ ਡੌਰ ਭੌਰ ਹੋਵੇ। ਰਿਆਰ ਖਾਲਸਾ ਧਰਮ ਤੋਂ ਨਾ ਡੋਲੇ, ਭਾਵੇਂ ਸਰਹੰਦ ਤੇ ਭਾਵੇਂ ਚਮਕੌਰ ਹੋਵੇ। ਗੁਰੂ ਪਿਆਰਿਓ, ਸਾਡੇ ਸਿੱਖ ਇਤਿਹਾਸ ਦੇ ਅੰਦਰ ਇੱਦਾਂ ਦੇ ਸਮੇਂ ਵੀ ਆਏ ਜਦੋਂ ਗੁਰੂ ਦੇ ਪੱਕੇ ਸਿੰਘਾਂ ਨੇ ਜੰਗਲਾਂ ਦੇ ਵਿੱਚ ਵਾਸਾ ਕੀਤਾ, ਰੁੱਖਾਂ ਦੇ ਪੱਤੇ ਤੱਕ ਖਾਧੇ, ਘੋੜੀਆਂ ਦੀਆਂ ਕਾਠੀਆਂ ਦੇ ਉੱਤੇ ਆਪਣੇ ਬਿਸਤਰ ਵਿਛਾਏ ਅਤੇ ਸੁੱਤੇ। ਉਹ ਸਮਾਂ ਹੰਢਾ ਕੇ ਵੀ ਗੁਰੂ ਪਿਆਰਿਓ, ਉਹਨਾਂ ਨੇ ਸਾਡੇ ਤੱਕ ਗੁਰੂ ਨਾਨਕ ਪਾਤਸ਼ਾਹ ਦੇ ਇਹ ਸਿੱਖੀ ਸਿਧਾਂਤਾਂ ਨੂੰ ਪਹੁੰਚਾਇਆ। ਅੱਜ ਸਾਡਾ ਵੀ ਫਰਜ਼ ਬਣਦਾ ਅਸੀਂ ਗੁਰੂ ਨਾਨਕ ਪਾਤਸ਼ਾਹ ਦੇ ਸਿੱਖੀ ਸਿਧਾਂਤਾਂ ਨੂੰ ਜਾਣੀਏ, ਸੰਭਾਲੀਏ ਅਤੇ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਤੱਕ ਪਹੁੰਚਾਈਏ। ਨਹੀਂ ਤਾਂ ਕਦੀ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਸਾਨੂੰ ਕੋਸਣਗੀਆਂ ਕਿ ਸਾਡੇ ਵੱਡੇ ਵਡੇਰੇ ਕਰਦੇ ਕੀ ਰਹੇ, ਕਿ ਏਡੀ ਵਡਮੁੱਲੀ ਵਿਚਾਰਧਾਰਾ ਗੁਰੂ ਨਾਨਕ ਪਾਤਸ਼ਾਹ ਦੀ। ਧਿਆਨ ਦੇਣਾ ਕਿ ਜਿੱਥੇ ਖਾਲਸਾ ਜੰਗਲਾਂ ਵਿੱਚ ਵੱਸਦਾ ਸੀ, ਜਿੱਥੇ ਖਾਲਸਾ ਜੰਗਲਾਂ ਵਿੱਚ ਵੱਸਦਾ ਸੀ, ਸੁਰਤ ਆਪਣੀ ਉੱਥੇ ਲੈ ਜਾਓ ਸਿੱਖੋ, ਪੱਤੇ ਰੁੱਖਾਂ ਦੇ ਖਾਂਦਾ ਸੀ ਦਿਨੇ ਰਾਤੀ, ਤੁਸੀਂ ਛੱਤੀ ਪਕਵਾਨ ਬਣਾਓ ਸਿੱਖੋ। ਕਾਠੀ ਘੋੜੇ ਦੀ ਉਹਨਾਂ ਦਾ ਬਿਸਤਰਾ ਸੀ,
ਉਹ ਗੱਦੇ ਮਖਮਲੀ ਤੁਸੀਂ ਵਿਛਾਓ ਸਿੱਖੋ, ਪਰ ਜੀਵਨ ਗੁਰੂ ਅਨੁਸਾਰੀ ਉਹਨਾਂ ਯੋਧਿਆਂ ਦਾ ਮਨ ਮਤ ਨਾ ਤੁਸੀਂ ਅਪਣਾਓ ਸਿੱਖੋ। ਜੀਵਨ ਗੁਰੂ ਅਨੁਸਾਰੀ ਉਹਨਾਂ ਯੋਧਿਆਂ ਦਾ ਪਰ ਮਨ ਮਤ ਨਾ ਤੁਸੀਂ ਅਪਣਾਓ ਸਿੱਖੋ, ਕਿਰਤ ਕਰੋ ਅਤੇ ਬਾਣੀ ਦੇ ਨਾਲ ਜੁੜੋ ਸਾਰੇ, ਕਿਰਤ ਕਰੋ ਬਾਣੀ ਨਾਲ ਜੁੜੋ ਸਾਰੇ, ਉਹਨਾਂ ਵਰਗਾ ਕਿਰਦਾਰ ਬਣਾਓ ਸਿੱਖੋ, ਸ਼ਬਦ ਗੁਰੂ ਨੂੰ ਆਪਣਾ ਗੁਰੂ ਮੰਨੋ, ਥਾਂ ਥਾਂ 'ਤੇ ਨਾ ਭਟਕਦੇ ਫਿਰੋ। ਇਹ ਸਿਰ ਹੈ ਮਾਨਤ ਸੱਜਣਾ ਦੀ, ਥਾਂ ਥਾਂ 'ਤੇ ਝੁਕਾਇਆ ਨਹੀਂ ਜਾਂਦਾ, ਜੱਗ ਰੁੱਸਦਾ ਏ ਤਾਂ ਰੁੱਸ ਜਾਵੇ, ਸਾਥੋਂ ਗੁਰੂ ਰਸਾਇਆ ਨਹੀਂ ਜਾਂਦਾ। ਕਿਰਤ ਕਰੋ ਅਤੇ ਬਾਣੀ ਨਾਲ ਜੁੜੋ ਸਾਰੇ, ਉਹਨਾਂ ਵਰਗਾ ਕਿਰਦਾਰ ਬਣਾਓ ਸਿੱਖੋ, ਸ਼ਬਦ ਗੁਰੂ ਨੂੰ ਆਪਣਾ ਗੁਰੂ ਮੰਨੋ ਅਤੇ ਗੁਰੂ ਗ੍ਰੰਥ ਨੂੰ ਸੀਸ ਝੁਕਾਓ ਸਿੱਖੋ, ਸਾਂਝੀ ਵਾਲਤਾ ਦੀ ਕਰੋ ਗੱਲ ਸਾਰੇ, ਸਿੱਖ ਸਿੱਖ ਦਾ ਨਾ ਵੈਰੀ ਬਣਾਓ ਸਿੱਖੋ, ਉਹ ਇੱਕ ਦੂਜੇ ਨਾਲ ਨਫ਼ਰਤਾਂ ਨਾ ਪਾਲੋ, ਇੱਕ ਦੂਜੇ ਨਾਲ ਨਫ਼ਰਤਾਂ ਨਾ ਪਾਲੋ, ਗਲੀ ਪ੍ਰੇਮ ਦੀ ਨਿੱਤਰ ਕੇ ਆਓ ਸਿੱਖੋ। ਜਿਹੜੇ ਜਾਗਦੇ ਹੋਏ ਵੀ ਹੈਨ ਸੁੱਤੇ, ਇੱਕ ਤਾਂ ਹੁੰਦਾ ਸੁੱਤਾ, ਇੱਕ ਹੁੰਦਾ ਜਾਗਦਾ ਹੀ ਸੁੱਤਾ। ਸੁੱਤੇ ਨੂੰ ਤਾਂ ਮਾੜੀ ਜਿਹੀ ਚੂੰਡੀ ਵੱਢੋ ਤਾਂ ਜਾਗ ਜਾਂਦਾ, ਅਤੇ ਜਿਹੜਾ ਜਾਗਦਾ ਹੀ ਸੁੱਤਾ ਉਹਦਾ ਕੀ ਕਰੀਏ, ਉਹਨੂੰ ਕਿੱਦਾਂ ਜਗਾਉਣਾ। ਜਿਹੜੇ ਜਾਗਦੇ ਹੋਏ ਵੀ ਹੈਨ ਸੁੱਤੇ, ਉਹ ਜਾ ਕੇ ਉਹਨਾਂ ਨੂੰ ਥੋੜ੍ਹਾ ਹਿਲਾਓ ਸਿੱਖੋ। ਜੇਕਰ ਚਾਹੁੰਦੇ ਹੋ ਖਾਲਸਾ ਰਾਜ ਲੈਣਾ, ਬੱਚੇ ਆਪਣੇ ਖੂਬ ਪੜ੍ਹਾਓ ਸਿੱਖੋ, ਇਹਨਾਂ ਬੱਚਿਆਂ 'ਤੇ ਸਿੱਖੀ ਦਾ ਰੰਗ ਚਾੜੋ, ਉਹ ਲੈ ਕੇ ਕਵੀ ਦਰਬਾਰਾਂ ਵਿੱਚ ਆਓ ਸਿੱਖੋ। ਗੱਲ ਰਿਆੜ ਦੀ ਨਾਲ ਜੇ ਹੋ ਸਹਿਮਤ, ਤਾਂ ਗੱਜ ਵੱਜ ਕੇ ਜਕਾਰਾ ਫਿਰ ਲਾਓ ਸਿੱਖੋ, ਗੱਜ ਵੱਜ ਕੇ ਜਕਾਰਾ। ਗੁਰੂ ਪਿਆਰਿਓ, ਸਿੱਖ ਕੌਮ ਇਹ ਸਰਬੱਤ ਦਾ ਭਲਾ ਮੰਗਣ ਵਾਲੀ ਕੌਮ, ਸਵੇਰੇ ਸ਼ਾਮ ਸਰਬੱਤ ਦੇ ਭਲੇ ਦੀ ਅਰਦਾਸ ਕਰਨ ਵਾਲੀ ਕੌਮ, ਕਦੀ ਆਪਣੇ ਬਾਰੇ ਵੀ ਕੁਝ ਸੋਚੇ ਕਿ ਅਸੀਂ ਇਸ ਵੇਲੇ ਕਿੱਥੇ ਸਟੈਂਡ ਕਰ ਰਹੇ ਹਾਂ, ਸਮਾਂ ਕੀ ਚੱਲ ਰਿਹਾ। ਗੁਰੂ ਸਾਹਿਬਾਂ ਨੇ ਪੰਜ ਵਿਧਾ ਪ੍ਰਚਾਰ ਦੀਆਂ ਚਲਾਈਆਂ, ਕੀਰਤਨ ਵਿਧਾ, ਕਥਾ ਦੀ ਵਿਧਾ, ਢਾਡੀ ਦਰਬਾਰਾਂ ਦੀ ਵਿਧਾ, ਕਵੀਸ਼ਰੀ ਦੀ ਵਿਧਾ ਅਤੇ ਕਵੀ ਦਰਬਾਰਾਂ ਦੀ ਵਿਧਾ। ਇਹ ਸਾਰੀਆਂ ਵਿਧਾ ਗੁਰੂ ਸਾਹਿਬਾਂ ਦੀਆਂ ਚਲਾਈਆਂ ਅਤੇ ਇਹ ਪ੍ਰਚਾਰ ਦੇ ਢੰਗ ਆ। ਠੀਕ ਹੈ, ਅਸੀਂ ਕੀਰਤਨ ਸੁਣਦੇ ਹਾਂ, ਬੜਾ ਆਨੰਦ ਆਉਂਦਾ। ਕਈ ਵਾਰ ਅਸੀਂ ਇੰਨੇ ਮਸਤ ਹੋ ਜਾਂਦੇ ਹਾਂ ਕਿ ਕੰਧਾਂ ਨਾਲ ਢੋ ਲਈ ਅਸੀਂ ਘਰਾੜੇ ਵੀ ਮਾਰਨੇ ਸ਼ੁਰੂ ਕਰ ਦਿੰਦੇ ਹਾਂ, ਐਵੇਂ ਲੱਗਦਾ ਕਿ ਜਿੱਦਾਂ ਅਸੀਂ ਕੀਰਤਨ 'ਚ ਮਸਤ ਹੋਏ ਹਾਂ, ਪਰ ਬਹੁਤ ਸਾਰਿਆਂ ਦੇ ਘਰਾੜੇ ਵੀ ਵੱਜ ਰਹੇ ਹੁੰਦੇ ਆ, ਸੁੱਤੇ ਵੀ ਹੁੰਦੀ ਸੰਗਤ। ਪਰ ਯਾਦ ਰੱਖਿਓ, ਢਾਡੀ ਦਰਬਾਰ ਅਤੇ ਕਵੀ ਦਰਬਾਰ ਹੁੰਦੇ ਹੋਣ ਅਤੇ ਕਦੀ ਸੰਗਤ ਦਾ ਕੋਈ ਜੀ ਸੁੱਤਾ ਵੇਖਿਆ ਜੇ? ਕਦੀ ਨਹੀਂ ਸੌਂਦੇ, ਕਿਉਂਕਿ ਢਾਡੀ ਦਰਬਾਰ ਕਵੀ ਦਰਬਾਰ ਹੈ ਹੀ ਸੰਗਤ ਨੂੰ ਜਗਾਉਣ ਵਾਸਤੇ ਆ। ਅਤੇ ਜੋ ਸਮਾਂ ਹੁਣ ਇਸ ਵੇਲੇ ਚੱਲ ਰਿਹਾ, ਇਹ ਖਾਸ ਕਰਕੇ ਸੰਗਤ ਨੂੰ ਜਾਗਣ ਦੀ ਲੋੜ ਹੈ, ਸੌਣ ਦੀ ਲੋੜ ਨਹੀਂ। ਸੋ ਸਰਬੱਤ ਦਾ ਭਲਾ ਮੰਗਣ ਵਾਲੀ ਕੌਮ ਨੂੰ
ਹੁਣ ਆਪ ਵੀ ਥੋੜ੍ਹਾ ਜਿਹਾ ਸੁਚੇਤ ਹੋਣਾ ਚਾਹੀਦਾ ਕਿ ਇਸ ਦੇਸ਼ ਲਈ ਜਿੰਨੇ ਪਰਿਵਾਰ ਦਿੱਤਾ ਉਹ ਕਰਾਂ ਸਿਫਤ ਕੀ ਉਸ ਦੇ ਪਿਆਰਿਆਂ ਦੀ। ਐਸਾ ਖਾਲਸਾ ਸਾਜਿਆ ਪਾਤਸ਼ਾਹ ਨੇ, ਸੁੱਖ ਮੰਗਦਾ ਸਦਾ ਹੀ ਸਾਰਿਆਂ ਦੀ, ਆਪਾ ਮਾਰ ਸਵਾਰਦਾ ਦੂਜਿਆਂ ਦਾ, ਸਦਾ ਕਰੇ ਸੇਵਾ ਬਿਪਤਾ ਮਾਰਿਆਂ ਦੀ, ਔਖੇ ਰਾਹਾਂ 'ਤੇ ਸਦਾ ਇਹ ਬਣੇ ਸਾਥੀ, ਬਾਂਹ ਫੜਦਾ ਏ ਥੱਕਿਆਂ ਹਾਰਿਆਂ ਦੀ, ਇੱਕੋ ਬਾਟੇ 'ਚੋਂ ਅੰਮ੍ਰਿਤ ਪਾਨ ਕਰਕੇ ਛੱਕ ਕੇ ਪਹੁਲ ਖੰਡੇ ਦੋ ਧਾਰਿਆਂ ਦੀ, ਭਾਈ ਘਨੱਈਏ ਨੂੰ ਵੈਰੀ ਨਾ ਨਜ਼ਰ ਆਵੇ, ਭਾਈ ਘਨੱਈਏ ਨੂੰ ਵੈਰੀ ਨਾ ਨਜ਼ਰ ਆਵੇ, ਸੇਵਾ ਜਲ ਨਾਲ ਕਰੇ ਉਹ ਸਾਰਿਆਂ ਦੀ, ਜਾਂਦਾ ਸਾਫ਼ ਕਰਦਾ ਰਾਹਾਂ ਦੇ ਕੰਡਿਆਂ ਨੂੰ, ਰਿਆੜ ਖਾਲਸਾ ਜਿੱਥੋਂ ਦੀ ਲੰਘਦਾ ਹੈ ਕੇਵਲ ਆਪਣੀ ਨਹੀਂ ਇਹ ਖੈਰ ਮੰਗਦਾ, ਇਹ ਤਾਂ ਭਲਾ ਸਰਬੱਤ ਦਾ ਮੰਗਦਾ ਹੈ, ਇਹ ਤਾਂ ਭਲਾ ਸਰਬੱਤ ਦਾ ਮੰਗਦਾ ਹੈ, ਇਹ ਤਾਂ ਭਲਾ ਸਰਬੱਤ ਦਾ ਮੰਗਦਾ ਹੈ। ਸੋ ਗੁਰੂ ਪਿਆਰਿਓ, ਇੰਨੀ ਕੁ ਸੇਵਾ ਪ੍ਰਵਾਨ ਕਰੋ, ਜੇ ਫਿਰ ਸਮਾਂ ਮਿਲ ਗਿਆ 2-4 ਮਿੰਟ ਦਾ ਫਿਰ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੋ ਜਾਵਾਂਗੇ। ਬਹੁਤ ਬਹੁਤ ਧੰਨਵਾਦ ਗੁਰੂ ਦੀ ਪਿਆਰੀ ਸਾਧ ਸੰਗਤ ਦਾ, ਪ੍ਰਬੰਧਕਾਂ ਦਾ, ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ। ਬੁਲਾਓ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ। ਇਹ ਸਭ ਭਾਈ ਗੁਰਵੀਰ ਸਿੰਘ ਜੀ ਵਾਲੇ ਬੜੇ ਹੀ ਪਿਆਰ ਭਰੀ ਕਵਿਤਾ ਦੇ ਸਾਂਝੀ ਕੀਤੀ ਹੈ। ਹੁਣ ਮੈਂ ਬੇਨਤੀ ਕਰਾਂਗਾ ਡਾਕਟਰ ਸੁਖਬੀਰ ਸਿੰਘ ਜੀ ਸ਼ਾਹ ਵਾਲੇ, ਉਹਨਾਂ ਨੇ ਕਵਿਤਾ ਜਿਹੜੀਆਂ ਸੰਗਤਾਂ ਦਾ ਸਾਂਝੀ ਕਰਨ ਧੰਨ ਧੰਨ ਸਾਹਿਬ ਸ੍ਰੀ ਗ੍ਰੰਥ ਸਾਹਿਬ ਜੀ ਦੇ ਨਿੱਘੇ ਗੋਦ ਦਾ ਆਨੰਦ ਮਾਣ ਰਹੇ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ, ਆਪ ਮਹਾਨ ਹੀ ਵਡਭਾਗੇ ਹੋ ਜੋ ਕਿ ਪੁੰਨਿਆਂ ਦੇ ਸ਼ੁਭ ਦਿਹਾੜੇ 'ਤੇ ਰਾਤਰੀ ਕਵੀ ਦਰਬਾਰ ਗੁਰਦੁਆਰਾ ਨਾਢਾ ਸਾਹਿਬ ਵਿਖੇ ਸਰਵਣ ਕਰ ਰਹੇ ਹੋ। ਤੋ ਸਭ ਤੋਂ ਪਹਿਲਾਂ ਗੁਰੂ ਪਾਤਸ਼ਾਹ ਦੀ ਬਣਾਈ ਹੋਈ ਫਤਿਹ ਦਾ ਜਵਾਬ ਫਤਿਹ ਵੇਦਾਓ ਜੀ, ਗੱਜ ਕੇ ਬੋਲੋ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਿਆੜ ਸਾਹਿਬ ਨਿਮਰ ਜੀ, ਸਭ ਤੋਂ ਪਹਿਲਾਂ ਸਾਹਿਬ ਸ੍ਰੀ ਗ੍ਰੰਥ ਸਾਹਿਬ ਜੀ ਨੂੰ ਇੱਕ ਸ਼ੇਰ ਸਮਰਪਿਤ ਆ ਜੀ, ਤੋ ਸਰਵਣ ਕਰਨਾ ਜੀ। ਧਰਮ ਗ੍ਰੰਥ ਤਾਂ ਬੜੇ ਸੰਸਾਰ ਅੰਦਰ, ਸਾਧ ਸੰਗਤ ਜੀ, ਧਰਮ ਗ੍ਰੰਥ ਤਾਂ ਬੜੇ ਸੰਸਾਰ ਅੰਦਰ, ਉਹ ਰੁਤਬਾ ਗੁਰੂ ਦਾ ਕੋਈ ਨਹੀਂ ਲੈ ਸਕਿਆ, ਕੀਤਾ ਆਪਣੀ ਕੌਮ ਦਾ ਪੱਖ ਸਭ ਨੇ, ਬਿਨਾਂ ਪੱਖ ਦੇ ਕੋਈ ਨਹੀਂ ਰਹਿ ਸਕਿਆ। ਜਾਤੀ ਵਿਤਕਰਾ ਸਾਰੇ ਗ੍ਰੰਥ ਕਰਦੇ, ਜਾਤੀ ਵਿਤਕਰਾ ਸਾਰੇ ਗ੍ਰੰਥ ਕਰਦੇ, ਇਹ ਦਾਗ ਨਹੀਂ ਕਿਸੇ ਤੋਂ ਲੈ ਸਕਿਆ, ਉਹ ਗੁਰੂ ਗ੍ਰੰਥ ਜੀ ਬਿਨਾਂ ਬਰਾਬਰੀ ਦੀ ਗੱਲ ਕੋਈ ਗ੍ਰੰਥ ਨਹੀਂ ਕਹਿ ਸਕਿਆ, ਗੱਲ ਕੋਈ ਗ੍ਰੰਥ ਨਹੀਂ ਕਹਿ ਸਕਿਆ। ਤੋ ਇੱਕ ਸ਼ੇਰ ਹੈ ਦਸਮ ਪਾਤਸ਼ਾਹ ਸਮਰਪਿਤ, ਦਸਵੇਂ ਪਾਤਸ਼ਾਹ ਵਾਲੀ ਨਿਸ਼ਕਾਮ ਸੇਵਾ। ਸਾਧ ਸੰਗਤ ਜੀ, ਆਪਾਂ ਬੜੀਆਂ ਸੇਵਾਵਾਂ ਕਰਦੇ ਹਾਂ ਪਰ ਗੁਰੂ ਪਾਤਸ਼ਾਹ ਵਾਲੀ ਸੇਵਾ ਕੋਈ ਨਾ ਕੀਤੀ ਨਾ ਕਰ ਸਕਿਆ। ਦਸਵੇਂ ਪਾਤਸ਼ਾਹ ਵਾਲੀ ਨਿਸ਼ਕਾਮ ਸੇਵਾ ਕੋਈ ਜੱਗ ਤੇ ਹੋਰ ਨਹੀਂ ਕਰ ਸਕਿਆ, ਉਹ ਮਰਦੇ ਆਪਣੇ ਲਈ ਤਾਂ ਲੋਕ ਲੱਖਾਂ, ਦੁਖੀਆਂ ਵਾਸਤੇ ਕੋਈ ਨਹੀਂ ਮਰ ਸਕਿਆ।
ਪੁੱਤ ਮਰਨ ਤੇ ਮਾਪੇ ਬੇਜ਼ਾਰ ਹੁੰਦੇ ਨੇ ਮਰਜੇ ਪੁੱਤ ਮਰਨ ਤੇ ਮਾਪੇ ਬੇਜ਼ਾਰ ਹੁੰਦੇ ਛਲ ਪੁੱਤਾਂ ਦਾ ਕੋਈ ਨਹੀਂ ਯਰਸ ਗਿਆ ਉਹ ਦੁਨੀਆ ਪੁੱਤ ਵਿਆਹਣੇ ਤਾਂ ਜਾਣਦੀ ਏ ਲਾੜੀ ਮੌਤ ਨੂੰ ਕੋਈ ਨਹੀਂ ਵਰ ਸਕਿਆ ਦੀਪ ਜੀ ਟੱਕਰ ਜ਼ੁਲਮ ਦੇ ਨਾਲ ਲਗਾਉਣ ਬਦਲੇ ਟੱਕਰ ਜ਼ੁਲਮ ਦੇ ਨਾਲ ਲਗਾਉਣ ਬਦਲੇ ਸੀਸ ਤਲੀ ਤੇ ਕੋਈ ਨਹੀਂ ਧਰ ਸਕਿਆ ਉਹ ਰਾਜ ਭਾਗ ਨੂੰ ਹੱਸ ਕੇ ਮਾਰ ਠੋਕਰ ਨਦੀ ਦੁੱਖਾਂ ਦੇ ਕੋਈ ਨਹੀਂ ਧਰ ਸਕਿਆ ਸਿੱਖੀ ਮਹਿਲ ਨੂੰ ਪੱਕਾ ਬਣਾਉਣ ਦੇ ਲਈ ਸਤਸੰਗ ਜੀ ਸਿੱਖੀ ਮਹਿਲ ਨੂੰ ਪੱਕਾ ਬਣਾਉਣ ਦੇ ਲਈ ਉਹ ਨੀਹਾਂ ਲਹੂ ਨਾਲ ਕੋਈ ਨਹੀਂ ਭਰ ਸਕਿਆ ਉਹ ਸ਼ਾਨ ਹੱਸ ਕੇ ਵਾਰ ਸਰਬੰਸ ਦੇਣਾ ਇੱਦਾਂ ਹੋਰ ਨਹੀਂ ਕਿਸੇ ਤੋਂ ਯਰ ਸਕਿਆ ਇੱਦਾਂ ਹੋਰ ਨਹੀਂ ਕਿਸੇ ਤੋਂ ਸਰ ਸਕਿਆ ਇੱਦਾਂ ਹੋਰ ਨਹੀਂ ਕਿਸੇ ਤੋਂ ਸਰ ਸਕਿਆ ਇੱਕ ਸ਼ੇਰ ਆ ਜੀ ਮਾਤਾ ਗੁਜਰੀ ਜੀ ਨੂੰ ਸਮਰਪਿਤ ਜਿੱਥੋਂ ਇਹ ਸਾਰੀ ਪੂਰੀ ਸਟੋਰੀ ਚੱਲੀ ਮਾਤਾ ਗੁਜਰੀ ਜੀ ਤੇਰਾ ਹੈ ਧੰਨ ਜਿਗਰਾ ਮਾਤਾ ਗੁਜਰੀ ਜੀ ਤੇਰਾ ਹੈ ਧੰਨ ਜਿਗਰਾ ਉਹ ਸੋਭਾ ਕਰ ਰਿਹਾ ਸਾਰਾ ਜਹਾਨ ਤੇਰੇ ਹਿੰਦੂ ਧਰਮ ਲਈ ਵਾਰਿਆ ਪਤੀ ਪਹਿਲੋਂ ਕਿੰਨੀ ਸੋਚ ਸੀ ਉੱਚੀ ਬਲਵਾਨ ਤੇਰੀ ਖਿੜੇ ਮੱਥੇ ਮੁਸੀਬਤਾਂ ਝੱਲ ਲਈਆਂ ਰਿਆੜ ਜੀ ਖਿੜੇ ਮੱਥੇ ਮੁਸੀਬਤਾਂ ਝੱਲ ਲਈਆਂ ਸਿਦਕ ਭਗਤੀ ਚੜ੍ਹੀ ਪ੍ਰਵਾਨ ਤੇਰੀ ਉਹ ਤੂੰ ਤਾਂ ਤਪ ਤਿਆਗ ਦੀ ਮੂਰਤੀ ਸੈਂ ਹਾਮੀ ਭਰ ਰਹਿ ਜਿਮੀ ਅਸਮਾਨ ਤੇਰੀ ਸਾਰੀ ਜ਼ਿੰਦਗੀ ਭਾਣੇ ਦੇ ਵਿੱਚ ਰਹਿ ਕੇ ਸਾਰੀ ਜ਼ਿੰਦਗੀ ਭਾਣੇ ਦੇ ਵਿੱਚ ਰਹਿ ਕੇ ਉਹ ਕਰਦੀ ਰਹੀ ਸ਼ੁਕਰਾਨਾ ਜ਼ੁਬਾਨ ਤੇਰੇ ਲੋਭ ਮੋਹ ਸੰਸਾਰ ਦੇ ਬੰਧਨਾਂ ਵਿੱਚ ਕਦੇ ਸੁਰਤ ਨਾ ਹੋਈ ਗਲਤਾਨ ਤੇਰੀ ਦੇਸ਼ ਕੌਮ ਅਤੇ ਧਰਮ ਬਚਾਉਣ ਬਦਲੇ ਸਤਸੰਗ ਜੀ ਦੇਸ਼ ਕੌਮ ਅਤੇ ਧਰਮ ਬਚਾਉਣ ਬਦਲੇ ਪੁਰਜਾ ਪੁਰਜਾ ਹੋ ਗਈ ਸੰਤਾਨ ਤੇਰੇ ਉਹ ਰਿਣੀ ਰਹਿਣਗੇ ਯੁਗਾਂ ਤੱਕ ਲੋਕ ਸਾਰੇ ਧੰਨ ਗੁਜਰੀ ਮਾਂ ਧੰਨ ਹੈ ਸ਼ਾਨ ਤੇਰੀ ਧੰਨ ਗੁਜਰੀ ਮਾਂ ਧੰਨ ਹੈ ਸ਼ਾਨ ਤੇਰੀ ਧੰਨਵਾਦ ਜੀ ਸਤਿਸੰਗ ਜੀ ਛੋਟੀ ਜੀ ਨਜ਼ਮ ਹੈ ਜੀ ਮੇਰੀ ਸਰਬੰਸ ਦਾਨੀ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਚਮਕੌੜ ਗਰੀ ਤੋਂ ਮਾਛੀ ਵਾਲੇ ਤੱਕ ਦਾ ਸਫ਼ਰ ਹੱਥ ਜੋੜ ਕੇ ਪੰਥ ਦੇ ਹੁਕਮ ਅੱਗੇ ਸਤਿਸੰਗ ਜੀ ਧਿਆਨ ਦੇਣਾ ਹੱਥ ਜੋੜ ਕੇ ਸੁਖਮ ਹੁਕਮ ਹੱਥ ਜੋੜ ਕੇ ਪੰਥ ਦੇ ਹੁਕਮ ਅੱਗੇ ਕਲਗੀ ਧਰ ਜੀ ਗੜੀ ਤੋਂ ਬਾਹਰ ਨਿਕਲੇ ਉਹ ਸੰਗਤ ਸਿੰਘ ਤੇ ਸੀਸ ਤੇ ਬੰਨ ਕਲਗੀ ਤਾੜੀ ਮਾਰ ਕੇ ਸੱਚੀ ਸਰਕਾਰ ਨਿਕਲੇ ਜੋੜਾ ਪੈਰਾਂ ਵਿੱਚ ਪਾਇਆ ਨਹੀਂ ਸਤਿਗੁਰਾਂ ਨੇ ਹੱਥ ਵਿੱਚ ਲੈ ਨੰਗੀ ਤਲਵਾਰ ਨਿਕਲੇ ਆਓ ਫੜ ਲਓ ਪੀਰੇ ਹਿੰਦ ਚੱਲਿਆ ਏ ਵੈਰੀ ਦਲ ਨੂੰ ਇੱਦਾਂ ਲਲਕਾਰ ਨਿਕਲੇ ਤੁਰੇ ਜਾਂਦੇ ਨੇ ਜੰਗੇ ਮੈਦਾਨ ਅੰਦਰ ਦੇਵ ਜੀ ਤੁਰੇ ਜਾਂਦੇ ਨੇ ਜੰਗੇ ਮੈਦਾਨ ਅੰਦਰ ਹਰ ਥਾਂ ਲਾਸ਼ਾਂ ਦਾ ਲੱਗਾ ਅਮਾਰ ਦਿਸਿਆ ਇੱਕ ਪਾਸੇ ਅਜੀਤ ਸਿੰਘ ਨਜ਼ਰ ਆਵੇ ਦੂਜੇ ਪਾਸੇ ਸਪੁੱਤਰ ਜਯਾਰ ਦਿਸਿਆ ਅੱਗੇ ਚੱਲ ਗਏ ਪੁੱਤਾਂ ਦੀ ਵੇਖ ਲਾਸ਼ਾਂ ਅੱਗੇ ਚੱਲ ਗਏ ਪੁੱਤਾਂ ਦੀ ਵੇਖ ਲਾਸ਼ਾਂ ਨਾ ਕੋਈ ਮੋਹ ਦਿਸਿਆ ਨਾ ਕੋਈ ਪਿਆਰ ਦਿਸਿਆ ਕਹਿੰਦੇ ਸ਼ੁਕਰ ਹੈ ਮਾਲਕਾ ਅੱਜ ਤੇਰਾ ਲੈਂਦਾ ਸਿਰ ਤੋਂ ਕਰਜ਼ੇ ਦਾ ਭਾਰ ਦਿਸਿਆ
ਸਣੇ ਆਨੰਦਪੁਰ ਸਭ ਕੁਛ ਬਰਬਾਦ ਹੋਇਆ, ਫਿਰ ਵੀ ਚਿਹਰੇ 'ਤੇ ਕੋਈ ਨਹੀਂ ਮਲਾਲ ਨਹੀਂ ਸੀ। ਮਾਤਾ ਗੁਜਰੀ ਅਤੇ ਨਾ ਹੀ ਪਿਤਾ ਪਿਆਰਾ, ਚੌਹਾਂ ਲਾਲਾਂ ਵਿੱਚੋਂ ਇੱਕ ਵੀ ਲਾਲ ਨਹੀਂ ਸੀ। ਕਈ ਦਿਨਾਂ ਦੇ ਭੁੱਖੇ ਪਿਆਸੇ ਵੀ ਨੇ, ਕੋਈ ਸਿੰਘ ਵੀ ਆਪ ਦੇ ਨਾਲ ਨਹੀਂ ਸੀ। ਉਹ ਚੜ੍ਹਦੀ ਕਲਾ ਵਿੱਚ ਫਿਰ ਵੀ ਜਾ ਰਹੇ ਸਨ, ਢਹਿੰਦੀ ਕਲਾ ਦਾ ਕੋਈ ਖਿਆਲ ਨਹੀਂ ਸੀ। ਸਿਰ 'ਤੇ ਤਾਜ ਨਾ ਹੱਥ ਵਿੱਚ ਬਾਜ ਸ਼ੋਹੇ, ਸਾਧ ਜੀ ਧਿਆਨ ਦੇਣਾ, ਸਿਰ 'ਤੇ ਤਾਜ ਨਾ ਹੱਥ ਵਿੱਚ ਬਾਜ ਸੋਹੇ, ਨੀਲਾ ਘੋੜਾ ਵੀ ਨਜ਼ਰ ਨਾ ਆ ਰਿਹਾ ਸੀ। ਉਹ ਮਿੱਤਰ ਪਿਆਰੇ ਨੂੰ ਦੱਸਣ ਲਈ ਹਾਲ ਆਪਣਾ ਮਾਛੀ ਵਾੜੇ ਵੱਲ ਤੁਰਿਆ ਜਾ ਰਿਹਾ ਸੀ। ਖੂਨ ਸਿੰਮਦਾ ਪੈਰਾਂ ਵਿੱਚ ਪਏ ਛਾਲੇ, ਉਸ ਸਮੇਂ ਦਾ ਦ੍ਰਿਸ਼ ਜੀ, ਖੂਨ ਸਿੰਮਦਾ ਪੈਰਾਂ ਵਿੱਚ ਪਏ ਛਾਲੇ, ਵੇਖਣ ਵਾਲੇ ਦਾ ਦਿਲ ਘਬਰਾ ਰਿਹਾ ਸੀ। ਉਹ ਲੀਰੋ ਲੀਰ ਹੋਇਆ ਜਾਮਾ ਸ਼ਹਿਨ ਸ਼ਾਹ ਦਾ ਚਿਹਰਾ ਤਦ ਵੀ ਮੁਸ਼ਕਰਾ ਰਿਹਾ ਸੀ। ਤੋ ਆਖਰੀ ਬੰਦਿਆ ਜੀ, ਚਲੇ ਗਏ ਚਮਕੌੜ ਦੀ ਗੜੀ ਵਿੱਚੋਂ, ਚਲੇ ਗਏ ਚਮਕੌੜ ਦੀ ਗੜੀ ਵਿੱਚੋਂ, ਵੈਰੀ ਦਲ ਨੂੰ ਭਾਜਣਾ ਪੈ ਗਈਆਂ। ਉਹ ਗੁਰੂ ਆਇਆ ਨੇ ਉਹਨਾਂ ਦੇ ਪਕੜੇ ਅੰਦਰ, ਸੋਚਾਂ ਦਿਲ ਦੀਆਂ ਦਿਲ ਵਿੱਚ ਰਹਿ ਗਈਆਂ। ਉੱਧਰ ਸਤਿਗੁਰੂ ਪਹੁੰਚ ਗਏ ਮਾਛੀ ਵਾੜੇ, ਉੱਧਰ ਸਤਿਗੁਰੂ ਪਹੁੰਚ ਗਏ ਮਾਛੀ ਵਾੜੇ, ਆ ਕੇ ਸੰਗਤਾਂ ਚਰਨਾਂ 'ਚ ਬਹਿ ਗਈਆਂ। ਉਹ ਸ਼ਾਨ ਸੱਚ ਦੀ ਸਦਾ ਹੀ ਜਿੱਤ ਹੁੰਦੀ, ਝੂਠ ਵਾਲੀਆਂ ਕੰਧਾਂ ਹੀ ਢਹਿ ਗਈਆਂ। ਸ਼ਾਨ ਸੱਚ ਦੀ ਸਦਾ ਹੀ ਜਿੱਤ ਹੁੰਦੀ, ਝੂਠ ਵਾਲੀਆਂ ਕੰਧਾਂ ਹੀ ਢਹਿ ਗਈਆਂ, ਝੂਠ ਵਾਲੀਆਂ ਕੰਧਾਂ ਹੀ ਢਹਿ ਗਈਆਂ। ਇੰਨੀ ਕੁ ਸੇਵਾ ਪ੍ਰਵਾਨ ਕਰਨੀ ਜੀ, ਹੋਈਆਂ ਗਲਤੀਆਂ ਦੀ ਖਿਮਾ ਬਖਸ਼ਣੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਡਾਕਟਰ ਪਰਮੀਰ ਸਿੰਘ ਦੀ ਸ਼ਾਨ ਜਲੰਧਰ ਵਾਲੇ, ਜੋ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਦੇ ਪਾਵਨ ਧਿਆਨ ਚਾਨਣਾ ਪਾ ਰਹੇ ਸੀ ਰਾਹੀਂ। ਹੁਣ ਮੈਂ ਬੇਨਤੀ ਕਰਾਂਗਾ ਸਰਦਾਰ ਦੀਪ ਸਿੰਘ ਜੀ ਲੁਧਿਆਣੇ ਵਾਲੇ, ਕਿ ਉਹ ਆਪਣੀ ਕਵਿਤਾ ਜਿਹੜੀ ਹੈ ਗੁਰੂ ਸਾਹਿਬ ਦੀ ਸ਼ੋਭਾ ਸਾਨੂੰ ਸ਼ੌਕ, ਕਿਉਂਕਿ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਵਾ ਪਰਮਜੀ ਉਮੜਾ ਵਰਿਆ ਅਕੀਲਾ ਵਾਹ ਵਾਹ ਗੋਬਿੰਦ ਸਿੰਘ ਆਪਣੇ ਬੋਲੀ ਚਾਹੁੰਦਾ ਹੈ। ਜਿਸ ਹਾਲ ਮੈਂ ਰੱਖੀ ਤੂੰ ਉਹੀ ਹਾਲ ਹੈ ਅੱਛਾ, ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ, ਦਰਵੇਸ਼ ਪ੍ਰਵੇਸ਼ ਰਹੇ ਬਾਦਸ਼ਾਹ, ਬਾਦਸ਼ਾਹ ਰਹੇ ਬਾਦਸ਼ਾਹ, ਕਦੇ ਦਰਵੇਸ਼ ਨਹੀਂ ਬਣਿਆ ਅਤੇ ਦਰਵੇਸ਼ ਕਦੇ ਬਾਦਸ਼ਾਹ ਨਹੀਂ ਬਣਿਆ, ਪਰ ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ ਅਨੰਦਪੁਰ ਸਾਹਿਬ ਦੀ ਧਰਤੀ 'ਤੇ ਬਾਦਸ਼ਾਹ ਨੇ, ਕਿਉਂਕਿ ਬਾਦਸ਼ਾਹ ਕੋਲ ਵੀ ਵਸਤੂਆਂ ਨਹੀਂ ਸੀ ਜਿਹੜੀਆਂ ਗੁਰੂ ਸਾਹਿਬਾਂ ਦੇ ਦਰਬਾਰ ਵਿੱਚ ਸਾਜਦੀਆਂ। ਉਹ ਸਮੇਂ ਵੀ 2.5 ਲੱਖ ਦੀ ਚਾਨਣੀ, ਉਹ ਸਮੇਂ ਵੀ 2.5 ਲੱਖ ਦੀ ਚਾਨਣੀ ਕੇਵਲ ਗੁਰੂ ਸਾਹਿਬਾਂ ਦੇ ਸ਼ੀਸ਼ 'ਤੇ ਸਾਜਦੀ ਹੈ। ਸਵਾ ਸਵਾ ਲੱਖ ਦੀ ਕਲਗੀ ਹੈ, ਸਵਾ ਸਵਾ ਲੱਖ ਨੂੰ ਲੱਗਣ ਕਿਰਪਾਨ ਹੈ, ਅਤੇ ਸਵਾ ਲੱਖ ਦੀ ਚੌਂਕੀ ਜਿੱਥੇ ਗੁਰੂ ਸਾਹਿਬ ਜੀ ਆਪਣੇ ਚਰਨ ਰੱਖਦੇ। ਸਾਨੂੰ ਸ਼ੌਕ ਬਾਦਸ਼ਾਹ ਦਰਵੇਸ਼ ਤੁਮ ਹੋ ਸਭ ਰਾਜਨ ਕੇ ਰਾਜਾ, ਆਪੇ ਆਪ ਗਰੀਬ ਨਿਵਾਜਾ, ਸਭ ਕੁਛ ਹੈ ਅਨੰਦਪੁਰ ਸਾਹਿਬ ਦੀ ਧਰਤੀ 'ਤੇ, ਚਾਰ ਸਾਹਿਬਜ਼ਾਦੇ ਦੀ ਵੱਡੀ ਫੌਜ ਹੈ, ਨਗਾਰੇ ਹੈ ਤਖਤ ਦੇ ਆਜ ਨਹੀਂ, ਪਰ ਮਾਛੀਵਾੜੇ ਦੇ ਜੰਗਲਾਂ ਵਿੱਚ ਕੁਛ ਨਹੀਂ, ਦਰਵੇਸ਼ ਨਹੀਂ,
ਪਰ ਮਨ 'ਤੇ ਕੋਈ ਅਸਰ ਨਹੀਂ। ਜਿਹੜੀ ਮਨ ਦੀ ਬਿਰਤੀ ਸੁਖ ਇੱਕ ਸਮਾਨ ਸੀ, ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ ਕਹਿੰਦੇ, ਜਿਸ ਹਾਲ ਮੈਂ ਰੱਖੇ ਤੂੰ ਵਹੀ ਹਾਲ ਹੈ ਅੱਛਾ। ਪਰਮਾਤਮਾ ਦੀ ਬਾਣੀ ਨੂੰ ਇਕੱਠਾ ਕਰਕੇ ਬੰਦਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਹਿੱਸੀ ਆਇਆ। ਦੁਨੀਆਂ ਦੇ ਵਿੱਚ ਕੋਈ ਇਹੋ ਜਿਹਾ ਅਵਤਾਰ ਨਹੀਂ ਹੋਇਆ, ਬਹੁਤ ਦੁਨੀਆਂ ਦੇ ਅਵਤਾਰ ਹੋਏ ਹੈ, ਪਰ ਪੁੱਤਰਾਂ ਦੀ ਮੌਤ ਦੀ ਕੀਰਤੀ ਪਾਉਣੀ ਪਏ, ਪਰ ਗੁਰੂ ਸਾਹਿਬ ਜੀ ਜੁਲਮ ਦੇ ਖਿਲਾਫ਼ ਪੁੱਤਰਾਂ ਨੂੰ ਲੜਾਉਂਦੇ ਅਤੇ ਸ਼ਹੀਦ ਹੋਣ 'ਤੇ ਖੁਸ਼ੀ ਦੀ ਜਿਕਾਰੀ ਛੱਡ। ਇਸ ਕਰਕੇ ਇੱਕੋ ਹੀ ਹਲਕਾ ਕੰਬੜਾ ਹੈ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਪਾਤਸ਼ਾਹ ਸਫਾਈ ਦੀਪ ਸਿੰਘ ਜੀ ਦੇ ਵਾਲੇ ਕਵਿਤਾ ਸਾਡੀ ਕਰਨ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ। ਦਇਆ ਸਿੰਧੂ ਸਾਨੂੰ ਸਿੱਖੀ ਰਹਿਤ ਬਖਸ਼ੀ, ਦਇਆ ਸਿੰਧੂ ਸਾਨੂੰ ਸਿੱਖੀ ਰਹਿਤ ਬਖਸ਼ੀ, ਬੇਸ਼ੱਕ ਟੰਗ ਕੇ ਸੂਲੀ ਸਲੀਬ ਬਖਸ਼ੀ, ਭਿਖਣ ਸ਼ਾਹ ਵਰਗੀ ਸਾਨੂੰ ਵੀ ਨਜ਼ਰ ਬਖਸ਼ੀ, ਭਿਖਣ ਸ਼ਾਹ ਵਰਗੀ ਸਾਨੂੰ ਵੀ ਨਜ਼ਰ ਬਖਸ਼ੀ, ਬੁੱਧੂ ਸ਼ਾਹ ਜਿਹੇ ਸਾਨੂੰ ਨਸੀਬ ਬਖਸ਼ੀ, ਮੋਈਆਂ ਕੌਮਾਂ ਵਿੱਚ ਜ਼ਿੰਦਗੀ ਪਾਉਣ ਵਾਲੇ ਨੰਦ ਲਾਲ ਜਿਹੇ ਕਵੀ ਅਦੀਬ ਬਖਸ਼ੀ, ਅਸੀਂ ਦੂਣੇ ਚੌਣੇ ਸੌ ਗੁਣਾ ਹੋਈਏ ਮੀਰ ਮਨੂ ਜਿਹੇ ਬੇਸ਼ੱਕ ਰਕੀਬ ਬਖਸ਼ੀ, ਉਹ ਧੌਣਾ ਚੁੱਕ ਕੇ ਜਿਉਣ ਦਾ ਸ਼ੌਂਕ ਬਖਸ਼ੀ, ਛਾਤੀ ਕੱਢ ਕੇ ਮਰਨ ਦਾ ਚਾਹ ਬਖਸ਼ੀ, ਮੁਕਤੀ ਬਖਸ਼ੀ ਨਾ ਬਖਸ਼ੀ, ਸੱਚੇ ਪਾਤਸ਼ਾਹ ਆਪਣੇ ਚਰਨਾਂ 'ਚ ਸਾਨੂੰ ਪਨਾਹ ਬਖਸ਼ੀ, ਕਿ ਮੁਕਤੀ ਬਖਸ਼ੀ ਨਾ ਬਖਸ਼ੀ, ਸੱਚੇ ਪਾਤਸ਼ਾਹ ਆਪਣੇ ਚਰਨਾਂ 'ਚ ਸਾਨੂੰ ਪਨਾਹ ਬਖਸ਼ੀ। ਸੋ ਆਓ ਗੁਰੂ ਪਿਆਰੀ ਸਾਧ ਸੰਗਤ ਜੀ, ਸਭ ਤੋਂ ਪਹਿਲਾਂ ਗੁਰਪਿਤਾ ਦੀ ਬਖਸ਼ੀ ਹੋਈ ਫਤਿਹ ਦੀ ਸਾਂਝ ਪਾਈਏ ਜੀ, ਗੱਜ ਵੱਜ ਕੇ ਬੁਲਾਈਏ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰਿਓ, ਵਡਭਾਗੀ ਹਾਂ ਜੋ ਪੁੰਨਿਆਂ ਦੀ ਰਾਤ ਗੁਰੂ ਦੀ ਸ਼ਰਨ ਦੇ ਵਿੱਚ ਮਨਾ ਰਹੇ ਹਾਂ। ਗੁਰੂ ਪਿਆਰਿਓ, ਜਿਸ ਤਰ੍ਹਾਂ ਬਾਹਰ ਚੰਨ ਨੇ ਰੋਸ਼ਨੀ ਕੀਤੀ ਹੈ, ਗੁਰੂ ਸਾਹਿਬ ਦੀ ਓਟ ਦੇ ਵਿੱਚ ਆਇਆਂ, ਬੇਨਤੀ ਜੋਦਰੀਆਂ ਕਰੀਏ ਕਿ ਸਾਡੇ ਅੰਦਰ ਵੀ ਇਸੇ ਤਰ੍ਹਾਂ ਪ੍ਰਕਾਸ਼ ਹੋ ਜਾਵੇ। ਇਹ ਜੋ ਕੱਲ੍ਹ ਕਾਲ ਦਾ ਹਨੇਰਾ ਸਾਡੇ ਅੰਦਰ ਪਸਰਿਆ, ਇਹ ਦੂਰ ਹੋ ਜਾਵੇ, ਸਾਡੇ ਅੰਦਰ ਵੀ ਚਾਨਣ ਚਾਨਣ ਹੋ ਜਾਵੇ। ਆਓ ਗੁਰੂ ਪਿਆਰੀ ਸਾਧ ਸੰਗਤ ਜੀ, ਇੱਕ ਦੋ ਬੰਦ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਨੂੰ ਸਮਰਪਿਤ, ਉਸ ਤੋਂ ਬਾਅਦ ਆਪਣੀ ਕਵਿਤਾ, ਕਿ ਜਿਹਨੂੰ ਮਿਲ ਜਾਏ ਓਟ ਗੁਰੂ ਗ੍ਰੰਥ ਜੀ ਦੀ। ਵਡਭਾਗੇ ਹਾਂ ਕਿ ਸਿੱਖਾਂ ਦੇ ਘਰੇ ਜਨਮ ਹੋਇਆ ਅਤੇ ਸਾਨੂੰ ਸੱਚੇ ਗੁਰੂ ਦਾ ਸਾਥ ਮਿਲਿਆ ਏ, ਕਿ ਜਿਹਨੂੰ ਮਿਲ ਜਾਏ ਓਟ ਗੁਰੂ ਗ੍ਰੰਥ ਜੀ ਦੀ, ਉਹ ਦੁੱਖ ਦੁਨੀਆਂ ਦੇ ਸਭ ਜਰ ਜਾਂਦਾ। ਜਿਹਨੂੰ ਮਿਲ ਜਾਏ ਓਟ ਗੁਰੂ ਗ੍ਰੰਥ ਜੀ ਦੀ, ਉਹ ਦੁੱਖ ਦੁਨੀਆਂ ਦੇ ਸਭ ਜਰ ਜਾਂਦਾ। ਜੋ ਸੱਚੇ ਦਿਲ ਦੇ ਨਾਲ ਇਸ ਦਰ ਆਉਂਦਾ, ਨਾਮ ਰਸ ਦੇ ਨਾਲ ਹੀ ਉਹ ਭਰ ਜਾਂਦਾ। ਉਹਦੀ ਜੱਗ 'ਤੇ ਪਿੱਠ ਨਹੀਂ ਲੱਗ ਸਕਦੀ, ਉਹਦੀ ਜੱਗ 'ਤੇ ਪਿੱਠ ਨਹੀਂ ਲੱਗ ਸਕਦੀ, ਜੋ ਇਸ ਦਰ 'ਤੇ ਆਣ ਕੇ ਹਰ ਜਾਂਦਾ। ਗੁਰੂ ਗ੍ਰੰਥ ਸਾਹਿਬ 'ਤੇ ਲੜ ਲੱਗਦਾ, ਜੋ ਕਦੇ ਡੁੱਬਦਾ ਨਹੀਂ ਉਹ ਤਰ ਜਾਂਦਾ। ਕਿ ਗੁਰੂ ਗ੍ਰੰਥ ਸਾਹਿਬ 'ਤੇ ਲੜ ਲੱਗਦਾ, ਜੋ ਉਹ ਕਦੇ ਡੁੱਬਦਾ ਨਹੀਂ ਉਹ ਤਰ ਜਾਂਦਾ। ਕਿ ਜਿਹੜਾ ਛੱਡਦਾ ਡੋਰ ਗੁਰੂ ਗ੍ਰੰਥ ਹੀ ਉੱਤੇ। ਸ਼ਾਨ ਜੀ, ਨਿਮਰ ਜੀ, ਰਿਆੜ ਜੀ, ਕਿ ਜਿਹੜਾ ਛੱਡਦਾ ਡੋਰ ਗੁਰੂ ਗ੍ਰੰਥ ਹੀ ਉੱਤੇ,
ਉਹਦਾ ਆਪ ਸਹਾਈ ਅਕਾਲ ਹੋਵੇ। ਉਹਦੀ ਝੋਲੀ ਸਦਾ ਹੀ ਸੁੱਖ ਪੈਂਦੇ, ਦੁੱਖ ਦਰਦ ਦੂਰ ਜੰਜਾਲ ਹੋਵੇ। ਜਿਹੜਾ ਛੱਡਦਾ ਡੋਰ ਗੁਰੂ ਗ੍ਰੰਥ ਜੀ ਉੱਤੇ, ਉਹਦਾ ਆਪ ਸਹਾਈ ਅਕਾਲ ਹੋਵੇ। ਉਹਦੀ ਝੋਲੀ ਸਦਾ ਹੀ ਸੁੱਖ ਪੈਂਦੇ, ਦੁੱਖ ਦਰਦ ਦੂਰ ਜੰਜਾਲ ਹੋਵੇ। ਉਹਨੂੰ ਕਾਲ ਨਹੀਂ ਕੁਝ ਕਹਿ ਸਕਦਾ, ਉਹਦਾ ਵਿੰਗਾ ਨਾ ਕਦੇ ਵੀ ਵਾਲ ਹੋਵੇ। ਕਲਗੀ ਧਰ ਜੀ ਆਪ ਫੁਰਮਾ ਗਏ ਨੇ, ਜਿਹੜਾ ਛੱਡੇ ਜੈਕਾਰਾ ਨਿਹਾਲ ਹੋਵੇ। ਕਿ ਕਲਗੀ ਧਰ ਜੀ ਆਪ ਫੁਰਮਾ ਗਏ ਨੇ, ਉਹ ਜਿਹੜਾ ਛੱਡੇ ਜੈਕਾਰਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ। ਜਿਹੜਾ ਛੱਡੇ ਜੈਕਾਰਾ ਨਿਹਾਲ ਹੋਵੇ ਕਿ ਤੂੰ ਤੇਗ ਚੁੱਕੀ ਉਹਨਾਂ ਸਿਰ ਦਿੱਤੇ, ਅਨੰਦਪੁਰ ਸਾਹਿਬ ਦੀ ਧਰਤੀ ਦੇ ਉੱਤੇ, ਕਿ ਤੂੰ ਤੇਗ ਚੁੱਕੀ ਉਹਨਾਂ ਸਿਰ ਦਿੱਤੇ, ਤੂੰ ਸਿਰਾਂ ਨੂੰ ਬਖਸ਼ ਦਸਤਾਰ ਦਿੱਤੀ। ਤੂੰ ਤੇਗ ਚੁੱਕੀ ਉਹਨਾਂ ਸਿਰ ਦਿੱਤੇ, ਤੂੰ ਸਿਰਾਂ ਨੂੰ ਬਖਸ਼ ਦਸਤਾਰ ਦਿੱਤੀ, ਦਿੱਤੀ ਟੱਕਰ ਸਦਾ ਹੀ ਵੈਰੀਆਂ ਨੂੰ, ਜਿੰਨਾ ਹੱਥਾਂ 'ਚ ਤੂੰ ਤਲਵਾਰ ਦਿੱਤੀ, ਉਹ ਬਾਂਹ ਫੜੀ ਤੂੰ ਜਿੰਨਾ ਨਿਮਾਣਿਆਂ ਦੀ, ਉਹਨਾਂ ਮੌਤ ਵੀ ਮਨੋ ਵਿਸਾਰ ਦਿੱਤੀ, ਇਹ ਮੋਇਆਂ ਬਾਜ ਵੀ ਲੜਦੇ ਨੇ, ਤੂੰ ਐਸੀ ਕੌਮ ਉਸਾਰ ਦਿੱਤੀ। ਇਹ ਮੋਇਆਂ ਬਾਜ ਵੀ ਲੜਦੇ ਨੇ, ਤੂੰ ਐਸੀ ਕੌਮ ਉਸਾਰ ਦਿੱਤੀ, ਇਹ ਤੇਰੀ ਹੀ ਤਾਂ ਬਖਸ਼ਿਸ਼ ਹੈ। ਭਾਈ ਸਾਹਿਬ ਜੀ ਗੌਰ ਫਰਮਾਇਓ ਕਿ ਇਹ ਤੇਰੀ ਹੀ ਤਾਂ ਬਖਸ਼ਿਸ਼ ਹੈ ਕਿ ਮੁਰਦੇ ਵੀ ਉੱਠ ਕੇ ਟਹਿਕ ਪਏ। ਇਹ ਤੇਰੀ ਹੀ ਤਾਂ ਬਖਸ਼ਿਸ਼ ਹੈ ਕਿ ਮੁਰਦੇ ਵੀ ਉੱਠ ਕੇ ਟਹਿਕ ਪਏ। ਕਦੇ ਮੌਤ ਕੋਲੋਂ ਜੋ ਡਰਦੇ ਸੀ, ਲੈ ਮੌਤੋਂ ਜ਼ਿੰਦਗੀ ਚਹਿਕ ਪਏ। ਤੂੰ ਖੰਡਾ ਹੱਥ ਚੁਕਵਾਇਆ ਜਦ, ਉਹ ਵੈਰੀ ਸਭ ਡਰ ਕੇ ਸਹਿਕ ਪਏ। ਤੂੰ ਪਾਹੁਲ ਖੰਡੇ ਦੀ ਜਦ ਛਿੜਕੀ, ਫੁੱਲ ਖਾਰ ਚੋਂ ਖਿੜਕੇ ਮਹਿਕ ਪਏ। ਕਿ ਤੂੰ ਪਾਹੁਲ ਖੰਡੇ ਦੀ ਜਦ ਛਿੜਕੀ, ਫੁੱਲ ਖਾਰ ਚੋਂ ਖਿੜਕੇ ਮਹਿਕ ਪਏ, ਤੇ ਕੀ ਬਰਕਤ ਹੋਈ ਖੰਡੇ ਬਾਟੇ ਦੀ ਉਸ ਧਾਰ ਨੇ, ਕੀ ਧਾਰ ਲਈ ਸਾਡੀ ਜੀਵਨ ਦੇ ਵਿੱਚ। ਇੱਕ ਕਵਿਤਾ ਖੰਡੇ ਦੀ ਧਾਰ ਦੇ 5-7 ਮਿੰਟਾਂ ਦੇ ਵਿੱਚ ਆਪ ਜੀ ਨਾਲ ਸਾਂਝ ਪਾਵਾਂਗਾ ਕਿ ਚੜ੍ਹੇ ਚਰਖੜੀ ਆਰਿਆਂ ਹੇਠ ਬੈਠੇ, ਚੜ੍ਹੇ ਚਰਖੜੀ ਆਰਿਆਂ ਹੇਠ ਬੈਠੇ, ਵਿੱਚ ਦੇਗਿਆਂ ਬਿਠਾਏ ਪਰ ਨਹੀਂ ਡੋਲੇ, ਖੋਪੜ ਲੁਹਾਏ ਸਿੱਖਾਂ ਸੀਸ ਚਿਰਵਾਏ, ਉਹ ਬੰਦ ਬੰਦ ਕਟਵਾਏ ਪਰ ਨਹੀਂ ਡੋਲੇ, ਸਾੜੇ ਬੰਨ ਕੇ ਜੰਡ ਦੇ ਨਾਲ ਭਾਵੇਂ, ਉਹ ਭਾਵੇਂ ਮਾਸ ਖਿਚਵਾਏ ਪਰ ਨਹੀਂ ਡੋਲੇ, ਉਹ ਟੋਟੇ ਕਰਕੇ ਜਿਗਰ ਦੇ ਟੋਟਿਆਂ ਦੇ ਟੋਟੇ ਗਲਾਂ 'ਚ ਪਵਾਏ ਪਰ ਨਹੀਂ ਡੋਲੇ। ਅੰਗ ਤੋੜੇ ਤਾਂ ਤੋੜੇ, ਟੁੱਟੇ ਹੌਸਲੇ ਨਹੀਂ। ਅੰਗ ਤੋੜੇ ਤਾਂ ਤੋੜੇ, ਟੁੱਟੇ ਹੌਸਲੇ ਨਹੀਂ। ਉਹ ਦਮ ਕਿੱਥੇ ਸੀ ਜ਼ੁਲਮੀ ਤਲਵਾਰ ਅੰਦਰ, ਅਖੜੇ ਫੇਰ ਨੇ ਦੂਣ ਸਵਾਈ ਹੋ ਕੇ, ਖੌਰੇ ਕੀ ਸੀ ਖੰਡੇ ਦੀ ਧਾਰ ਅੰਦਰ। ਕਿ ਦੇਗ ਤੇਗ ਪੰਥ ਕੀ ਫਤਿਹ ਲਈ, ਦੇਗ ਤੇਗ ਪੰਥ ਕੀ ਫਤਿਹ ਲਈ, ਸਿੰਘ ਸਦਾ ਹੀ ਨਾਲ ਜਲਾਲ ਲੜੇ, ਉਹ ਕਦੇ ਰਾਣੀ ਅੰਦਰ ਕਦੇ ਵਾਣੀ ਅੰਦਰ, ਕਦੇ ਹਾਲ ਬੇਹਾਲ ਨਿਹਾਲ ਲੜੇ,
ਉਹ ਲੜੇ ਜਦ ਵੀ ਜ਼ਬਰ ਜ਼ੁਲਮ ਅੱਗੇ, ਸਦਾ ਬਣ ਕੇ ਫੌਜ ਅਕਾਲ ਲੜੇ, ਲੈ ਥਾਪੜਾ ਗੁਰਦਸਮੇਸ਼ ਕੋਲੋਂ ਸਿੰਘ ਮਸਤੇ ਹਾਥੀ ਨਾਲ ਲੜੇ, ਕਿ ਬੰਨੇ ਤਵੇ ਸੀ ਮੱਥੇ ਸੱਤ ਭਾਵੇਂ, ਬੰਨੇ ਤਵੇ ਸੀ ਮੱਥੇ ਸੱਤ ਭਾਵੇਂ ਮੱਥਾ ਵਿੰਨਿਆ ਇੱਕੋ ਵਾਰ ਅੰਦਰ, ਉਹ ਲੜੇ ਲਾਂਗਰੀ ਸਿੰਘ ਵੀ ਹਾਥੀ ਅੱਗੇ, ਖੌਰੇ ਕੀ ਸੀ ਖੰਡੇ ਦੀ ਧਾਰ ਅੰਦਰ, ਕਿ ਚੁੰਝ ਭਰ ਕੇ ਚਿੜੀ ਅਸਮਾਨ ਹੀ ਉੱਡੀ, ਉੱਡੇ ਫਿਰਦੇ ਬਾਜ ਲਿਤਾੜ ਦਿੱਤੇ, ਪਉ ਫੁੱਟੀ ਹਨੇਰ ਦੀ ਜੜ ਪੁੱਟੀ, ਪੁੱਟੇ ਸਮਾਣੇ ਸਡੌਰੇ ਉਜਾੜ ਦਿੱਤੇ, ਜਿੱਥੇ ਕੰਧ ਸਰਹੰਦ ਨੇ ਲਾਲ ਚਿਣੇ, ਜਿੱਥੇ ਕੰਧ ਸਰਹੰਦ ਨੇ ਲਾਲ ਚਿਣੇ, ਸਣੇ ਸਰਹੰਦ ਕਈ ਸ਼ਹਿਰ ਹੀ ਸਾੜ ਦਿੱਤੇ, ਉਹ ਤਖਤੋਂ ਲਾ ਕੇ ਜ਼ਲਮ ਹੇਠ ਸੁੱਟੇ ਝੰਡੇ ਖਾਲਸਾ ਰਾਜ ਦੇ ਚਾੜ ਦਿੱਤੇ, ਕਿ ਮਾਧੋ ਦਾਸ ਨੂੰ ਕਿਹੜੀ ਜੁਗਤ ਦੱਸੀ, ਮਾਧੋ ਦਾਸ ਨੂੰ ਕਿਹੜੀ ਜੁਗਤ ਦੱਸੀ, ਉਹ ਕੀ ਭਰਿਆ ਬੰਦੇ ਦੀ ਲਲਕਾਰ ਅੰਦਰ, ਵੈਰਾਗੀ ਇੱਟ ਨਾਲ ਇੱਟ ਖੜਕਾਈ ਜਾਂਦਾ, ਖੌਰੇ ਕੀ ਸੀ ਖੰਡੇ ਦੀ ਧਾਰ ਅੰਦਰ, ਕਿ ਮੁੱਖ ਖਿੜੇ ਆਏ ਖਿੜਦਾ ਗੁਲਾਬ ਜਿਵੇਂ, ਆਖਰੀ ਦੋ ਬੰਦ, ਕਿ ਮੁੱਖ ਖਿੜਿਆ ਮੇਰੇ ਪਾਤਸ਼ਾਹ, ਕਿ ਮੁੱਖ ਖਿੜਿਆ ਖਿੜਦਾ ਗੁਲਾਬ ਜਿਵੇਂ, ਮਿਲੀ ਸੇਜ ਪਰ ਕੰਡਿਆਂ ਦੀ ਸੌਣ ਖਾਤਰ, ਲੇਖੇ ਧਰਮ ਦੇ ਸਭ ਸਰਬੰਸ ਲਾਇਆ ਆਪ ਉਜੜੇ ਪੰਥ ਵਸਾਉਣ ਖਾਤਰ, ਕਿ ਜੋੜਾ ਜੋੜਾ ਕਰ ਚਾਰੇ ਪੁੱਤ ਤੋਰੇ, ਹਜ਼ਾਰਾਂ ਸਿੱਖਾਂ ਨੂੰ ਪੁੱਤ ਬਣਾਉਣ ਖਾਤਰ, ਪਿਆ ਤਾਰਨਾ ਮੁੱਲ ਬੜਾ ਭਾਰੀ ਉਹਨੂੰ ਪੰਜ ਘੁੱਟਾਂ ਨੂੰ ਮੁੱਖ ਪਵਾਉਣ ਖਾਤਰ, ਕਿ ਸਰਬੰਸ ਵਾਰ ਕੇ ਮਿਲੀਆਂ ਪੰਜ ਘੁੱਟਾਂ, ਸਰਬੰਸ ਵਾਰ ਕੇ ਮਿਲੀਆਂ ਪੰਜ ਘੁੱਟਾਂ, ਉਹ ਖਾਲਸਾ ਨਿਆਰਾ ਤਾਂਹੀਓ ਸੰਸਾਰ ਅੰਦਰ, ਗੁਰੂ ਹੁੰਦਿਆਂ ਵੀ ਚੇਲਾ ਬਣ ਘੁੱਟ ਪੀਤੇ, ਖੌਰੇ ਕੀ ਸੀ ਖੰਡੇ ਦੀ ਧਾਰ ਅੰਦਰ, ਕਿ ਮੁੱਲ ਸਿਰਾਂ ਦੇ ਪਾਏ, ਆਖਰੀ ਬੰਦ, ਕਿ ਮੁੱਲ ਸਿਰਾਂ ਦੇ ਪਾਏ ਸਿੰਘ ਨਹੀਂ ਮੁੱਕੇ, ਕੋ ਕੋ ਕੇ ਮੁਕਾਏ ਸਿੰਘ ਨਹੀਂ ਮੁੱਕੇ, ਮੁੱਲ ਸਿਰਾਂ ਦੇ ਪਾਏ ਸਿੰਘ ਨਹੀਂ ਮੁੱਕੇ, ਕੋ ਕੋ ਕੇ ਮੁਕਾਏ ਸਿੰਘ ਨਹੀਂ ਮੁੱਕੇ, ਉਹ ਮੂੰਹ ਮੁੜ ਗਏ ਤੀਰਾਂ ਤਲਵਾਰਾਂ ਦੇ, ਜ਼ੋਰ ਹਾਕਮਾਂ ਲਾਏ ਸਿੰਘ ਨਹੀਂ ਮੁੱਕੇ, ਉਹ ਰਾਣੀ ਦਿੱਲੀ ਦੀ ਵੈਰੀ ਬਣ ਬੈਠੀ, ਤੋਪਾਂ ਟੈਂਕ ਵੀ ਚੜਾਏ ਸਿੰਘ ਨਹੀਂ ਮੁੱਕੇ, ਉਹ ਮੁੱਕੇ ਜੱਗ ਤੋਂ ਸਿੰਘ ਮੁਕਾਉਣ ਵਾਲੇ, ਕਲਗੀ ਧਰ ਦੇ ਵਸਾਏ ਸਿੰਘ ਨਹੀਂ ਮੁੱਕੇ, ਕਿ ਮੁੱਕੇ ਜੱਗ ਤੋਂ ਸਿੰਘ ਮੁਕਾਉਣ ਵਾਲੇ, ਆ ਕਲਗੀ ਧਰ ਦੇ ਵਸਾਏ ਸਿੰਘ ਨਹੀਂ ਮੁੱਕੇ, ਉਹ ਫੁੱਲ ਖਿੜਿਆ ਜੋ ਕਦੇ ਝੜਿਆ ਨਹੀਂ, ਦੀਪ ਸਿੰਘ ਸਿੱਖੀ ਗੁਲਜ਼ਾਰ ਅੰਦਰ, ਉਹ ਰਹਿੰਦੀ ਦੁਨੀਆ ਰਹੂ ਬਹਾਰ ਖਿੜੀ, ਖੌਰੇ ਕੀ ਸੀ ਖੰਡੇ ਦੀ ਧਾਰ ਅੰਦਰ, ਖੌਰੇ ਕੀ ਸੀ ਖੰਡੇ ਦੀ ਧਾਰ ਅੰਦਰ। ਗੁਰੂ ਪਿਆਰਿਓ, ਇੱਕ ਬੇਨਤੀ, ਕਿ ਇੰਨੀਆਂ ਸ਼ਹਾਦਤਾਂ ਤੋਂ ਬਾਅਦ ਸਾਨੂੰ ਆ ਬਾਦਸ਼ਾਹੀਆਂ ਵਾਲਾ ਜੀਵਨ ਮਿਲਿਆ ਏ, ਕਿ ਮਿਲਦੀ ਮਹਿੰਗੇ ਭਾਅ ਹੈ ਸਿੱਖੀ, ਸਿਰ ਦੇ ਕੇ ਮੁੱਲ ਚੁਕਾਉਣੇ ਪੈਂਦੇ, ਅੱਜ ਸਿੱਖਾਂ ਦੇ ਘਰੇ ਜੰਮੇ ਹਾਂ ਅਤੇ ਸਿੱਖ ਅਖਵਾਉਂਦੇ ਹਾਂ, ਪਰ ਪੁਰਾਤਨ ਸਿੱਖਾਂ ਦੇ ਜੀਵਨ 'ਤੇ ਝਾਤਾਂ ਮਾਰੀਏ, ਸਿੱਖ ਅਖਵਾਉਣਾ ਵੀ ਬੜਾ ਔਖਾ ਹੁੰਦਾ ਸੀ, ਕਿ ਮਿਲਦੀ ਮਹਿੰਗੇ ਭਾਅ ਹੈ ਸਿੱਖੀ, ਸਿਰ ਦੇ ਕੇ ਮੁੱਲ ਚੁਕਾਉਣੇ ਪੈਂਦੇ, ਘਰ ਬਾਰ ਵੀ ਛੱਡਣਾ ਪੈਂਦਾ, ਭੁੱਖਿਆਂ ਡੇਰੇ ਲਾਉਣੇ ਪੈਂਦੇ, ਤੀਰਾਂ ਤੋਪਾਂ ਤਲਵਾਰਾਂ ਅੱਗੇ ਢਾਲਾਂ ਵਾਂਗੂ ਸੀਨੇ ਡਾਉਣੇ ਪੈਂਦੇ, ਸੀਸ ਝੁਕਾਇਆ ਗੱਲ ਬਣੇ ਨਾ,
ਸਿੱਖਾਂ ਸੀਸ ਕਟਾਉਣੇ ਪੈਂਦੇ, ਸੀਸ ਝੁਕਾਇਆ ਗੱਲ ਬਣੇ ਨਾ, ਸਿੱਖਾਂ ਸੀਸ ਕਟਾਉਣੇ ਪੈਂਦੇ। ਸੋ ਗੁਰੂ ਪਿਆਰੀ ਸਾਹਿਬ ਸੰਗਤ ਜੀ, ਇੰਨੀਆਂ ਕੁ ਸੇਵਾਵਾਂ ਪ੍ਰਵਾਨ ਕਰਨੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਦੀਪ ਸਿੰਘ ਜੀ ਲੁਧਿਆਣੇ ਬਾਰੇ ਬੜੀ ਸੋਹਣੀ ਕਵਿਤਾ ਤਿਆਰ ਕੀਤੀ, ਉਹਨਾਂ ਨੇ ਸਾਨੂੰ ਕਰਵਾਈ ਹੈ ਅਤੇ ਆਸਮਤ ਸਾਡਾ ਚੇਤਾ ਕਰਵਾਇਆ ਹੈ। ਕਿਉਂਕਿ ਹਰ ਸਾਡੀ ਦੀ ਗੱਲ ਕਰੀਏ ਕਿ ਤੀਹ ਤੀਹ ਚਾਲੀ ਚਾਲੀ ਰੁਪਈਏ ਸਿੱਖਾਂ ਦਾ ਮੁੱਲ ਰੱਖਿਆ ਉਹ ਸਮੇਂ, ਜਿਸ ਉਹ ਸਮੇਂ ਇੱਕ ਰੁਪਈਆ ਵੀ ਜੇ ਕਿਤੇ ਇਕੱਠਾ ਕਰਨਾ ਹੁੰਦਾ ਸੀ ਤਾਂ ਸਾਡੇ ਪਿੰਡ 'ਚ ਬੈਠਾ ਨਹੀਂ ਸੀ। ਉਹ ਸਮੇਂ ਤੀਹ ਰੁਪਈਆ ਦੀ ਕਈ ਕਿੱਲੇ ਜ਼ਮੀਨ ਆ ਜਾਂਦੀ ਸੀ, ਤੀਹ ਚਾਲੀ ਪੰਜਾਹ ਰੁਪਏ ਕਈ ਕਿੱਲੇ ਜ਼ਮੀਨ ਆ ਜਾਂਦੀ ਸੀ। ਜਦੋਂ ਇੱਕ ਸਿੱਖ ਦੇ ਸਿਰ ਦਾ ਮੁੱਲ ਸੀ ਸਾਰੂ ਕਿੰਨੀ ਮਹਿੰਗੀ ਅਸੀਂ ਸਿੱਖਾਂ ਦੀ ਸੀ, ਪਰ ਕਹਿਣ ਦਾ ਭਾਵ ਸੀ ਸਰਕਾਰਾਂ ਨੇ ਇਹ ਮੁੱਲ ਦਿੱਤੇ ਵੀ ਸਿੱਖ ਨਹੀਂ ਛੱਡਣੇ, ਪਰ ਜਿਹੜੇ ਕਹਿਣ ਵਾਲੇ ਸੀ ਸੱਚ ਕੋ ਮਿਟਾਓਗੇ ਅਤੇ ਮਿਟੋਗੇ ਜਾਂ ਹਾਂਸੇ, ਜਿਹੜੇ ਮਿਟਾਉਂਦੇ ਨੇ ਆਪ ਮਿਟ ਗਏ ਖਾਲਸਾ ਪੰਥ ਅੱਜ ਵੀ ਚੜ੍ਹਦੀ ਕਲਾ ਦੇ ਵਿੱਚ। ਗੁਰੂ ਸਾਹਿਬ ਦਾ ਹੁਣ ਮੈਂ ਬੇਨਤੀ ਕਰਾਂਗਾ ਕਿ ਵੀ ਚੰਦਰ ਕੌਰ ਜੀ ਅਨੰਦਪੁਰੀ ਅਨੰਦਪੁਰ ਸਾਹਿਬ ਤੋਂ ਆਈ, ਸੋ ਜਿੱਥੇ ਖਾਲਸੇ ਸਿਰਜਣਾ ਅਤੇ ਖਾਲਸਾ ਪ੍ਰਗਟ ਹੋਇਆ ਉਸ ਪਾਵਨ ਪਵਿੱਤਰ ਧਰਤੀ ਤੋਂ ਇੱਕ ਵਾਰ ਜੀ ਕਵੀ ਆਈ ਆਓ। ਉਹਨਾਂ ਨੇ ਕਿਉਂਕਿ ਪੰਜ ਮਿੰਟ ਦਾ ਸਮਾਂ ਬਾਕੀ ਰਹਿ ਗਿਆ ਸੀ, ਕੀਰਤਨ ਦੀ ਰਮਤਾ ਹੋ ਗਈ ਹੈ, ਕਵਿਤਾ ਸਾਨੂੰ ਕਰਕੇ ਆਖਦਾ ਕਿ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਹਿਬੇ ਕਮਾਲ ਅੰਮ੍ਰਿਤ ਦੇ ਦਾਤੇ ਸਰਬੰਸ ਦਾਨੀ ਮਹਾਂਕਵੀ ਮਹਾਂਸ਼ਾਇਰ ਮਹਾਂਯੋਧਾ ਮਹਾਂਸੰਗੀਤਕਾਰ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਚਰਨ ਛੋਹ ਪ੍ਰਾਪਤ ਅਸਥਾਨ ਨਾਢਾ ਸਾਹਿਬ ਦੇ ਇਸ ਮਹਾਨ ਅਸਥਾਨ 'ਤੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਨਿੱਘੀ ਗੋਦ ਵਿੱਚ ਬਿਰਾਜੇ ਹੋਏ ਗੁਰੂ ਪਿਆਰੇ ਗੁਰੂ ਸਵਾਰੇ ਗੁਰੂ ਰੂਪ ਸਾਧ ਸੰਗਤ ਜੀ, ਗੱਜ ਕੇ ਫਤਿਹ ਦੀ ਸਾਨ ਪਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਸੰਗ ਜੀ, ਅੱਜ ਪੂਰਨਮਾਸ਼ੀ ਦੇ ਇਸ ਪਵਿੱਤਰ ਦਿਹਾੜੇ 'ਤੇ ਮਹਾਨ ਕਵੀ ਦਰਬਾਰ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੁਆਰਾ ਉਲੀਕਿਆ ਗਿਆ ਸਤਸੰਗ ਜੀ, ਬਹੁਤ ਮਹਾਨ ਕਾਰਜ, ਕਿਉਂਕਿ ਕਵੀ ਦਰਬਾਰ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੁਆਰਾ ਇਹਨਾਂ ਦਾ ਜਨਮ ਹੋਇਆ ਸਤਸੰਗ ਜੀ। ਅਤੇ ਮੈਂ ਆਪਣੇ ਆਪ ਨੂੰ ਵਡਭਾਗੀ ਸਮਝਦੀ ਹਾਂ ਕਿ ਇਸ ਪਵਿੱਤਰ ਅਸਥਾਨ 'ਤੇ ਅੱਜ ਹਾਜ਼ਰੀ ਭਰਨ ਆਈ ਹਾਂ ਸਤਸੰਗ ਜੀ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਉਸਤਤ ਵਿੱਚ ਕੁਝ ਲਿਖਣਾ, ਕੁਝ ਗਾਉਣਾ, ਕੁਝ ਕਹਿਣਾ ਨਾਮੁਮਕਿਨ ਗੱਲ ਹੈ ਸਤਸੰਗ ਜੀ। ਹਰ ਅੱਖਰ ਊਣਾ ਹੈ ਸਤਸੰਗ ਜੀ, ਘੱਟ ਪੈਂਦਾ ਹੈ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਉਸਤਤ ਵਿੱਚ ਲਿਖਣ ਦੇ, ਪਰ ਇੱਕ
ਰਚਨਾ ਆਪ ਜੀ ਦੇ ਸਨਮੁਖ ਲਿਆਵਾਂਗੇ, ਜਿਸ ਦਾ ਸਿਰਲੇਖ ਹੈ ਉਪਕਾਰ ਕਲਗੀਆਂ ਵਾਲੇ ਦੇ। ਆਓ ਸਤਸੰਗ ਜੀ, ਕਵੀ ਸਾਹਿਬਾਨ ਬੈਠੇ ਹੋਏ ਨੇ, ਇਜਾਜ਼ਤ ਹੈ, ਆਪਣੀ ਰਚਨਾ ਸਨਮੁਖ ਲੈ ਕੇ ਆ ਰਹੀ ਹਾਂ। ਇੱਕ ਸ਼ੇਅਰ ਅਰਜ਼ ਹੈ ਕਿ ਬਿਜਲੀ ਜਿਵੇਂ ਆਕਾਸ਼ ਵਿੱਚ ਚਮਕਦੀ ਹੈ, ਬਿਜਲੀ ਜਿਵੇਂ ਆਕਾਸ਼ ਵਿੱਚ ਚਮਕਦੀ ਹੈ, ਇੱਦਾਂ ਚਮਕਦੇ ਨੇ ਚਮਤਕਾਰ ਤੇਰੇ। ਸਦਕਾ ਤੇਰੇ ਉਪਕਾਰਾਂ ਦਾ ਹਿੰਦ ਵਾਸੀ, ਜੁਗਾਂ ਤੀਕ ਰਹਿਸਨ ਕਰਜ਼ਦਾਰ ਤੇਰੇ। ਰੱਬੀ ਰਹਿਮਤਾਂ ਦੌਲਤਾਂ ਬਰਕਤਾਂ ਦੇ, ਰੱਬੀ ਰਹਿਮਤਾਂ ਦੌਲਤਾਂ ਬਰਕਤਾਂ ਦੇ, ਭਰੇ ਪਏ ਅਤੁੱਟ ਭੰਡਾਰ ਤੇਰੇ। ਚਾਨਣ ਅਣਖ ਦਾ ਕੌਮ ਨੂੰ ਵੰਡਣੇ ਲਈ, ਲੱਗੇ ਧਰਮ ਲੇਖੇ ਚੰਨ ਚਾਰ ਤੇਰੇ। ਚਾਨਣ ਅਣਖ ਦਾ ਕੌਮ ਨੂੰ ਵੰਡਣੇ ਲਈ, ਲੱਗੇ ਧਰਮ ਲੇਖੇ ਚੰਨ ਚਾਰ ਤੇਰੇ। ਜਦੋਂ ਕੌਮ ਉੱਤੇ ਪੀੜਾਂ ਆਣ ਬਣੀਆਂ, ਜਦੋਂ ਕੌਮ ਉੱਤੇ ਪੀੜਾਂ ਆਣ ਬਣੀਆਂ, ਤੇਗਾਂ ਖਿੱਚ ਖਲੋ ਗਏ ਜੁਝਾਰ ਤੇਰੇ। ਸਾਜਨ ਸੀਸ ਨਿਵਾ ਕੇ ਤਨ ਆਖੋ, ਕਲਗੀ ਵਾਲਿਆ ਤਨ ਉਪਕਾਰ ਤੇਰੇ, ਕਲਗੀ ਵਾਲਿਆ ਤਨ ਉਪਕਾਰ ਤੇਰੇ, ਕਲਗੀ ਵਾਲਿਆ ਤਨ ਉਪਕਾਰ ਤੇਰੇ। ਆਓ ਸਤਸੰਗ ਜੀ, ਇੱਕ ਰਚਨਾ ਤਰੰਨਮ ਵਿੱਚ ਆਪ ਜੀ ਦੇ ਸਨੂਖ ਲੈ ਕੇ ਆ ਰਹੇ ਹਾਂ। ਅਸੀਸ ਬਖਸ਼ਨਾ ਜੀ, ਕੋਈ ਮੁੱਲ ਨਹੀਂ ਤਾਰਿਆ ਜਾ ਸਕਦਾ, ਕਲਗੀ ਤਰ ਦੇ ਉਪਕਾਰਾਂ ਦਾ, ਕੋਈ ਮੁੱਲ ਨਹੀਂ ਤਾਰਿਆ ਜਾ ਸਕਦਾ, ਕਲਗੀ ਤਰ ਦੇ ਉਪਕਾਰਾਂ ਦਾ। ਕੋਈ ਅੰਤ ਨਹੀਂ ਪਾਰਾ ਵਾਰੇ ਨਹੀਂ, ਉਹਦੀ ਰਹਿਮਤ ਦੇ ਭੰਡਾਰਾਂ ਦਾ। ਕੋਈ ਮੁੱਲ ਨਹੀਂ ਤਾਰਿਆ ਜਾ ਸਕਦਾ, ਜਦ ਦੇਸ਼ ਤੇ ਚੱਖੜ ਚੁੱਲਿਆ ਸੀ ਮੁਗਲਾਂ ਦੇ ਅਤਿਆਚਾਰਾਂ ਦਾ, ਉਸ ਕਠਿਨ ਸਮੇਂ ਚੰਨ ਗੁਜ਼ਰੀ ਦਾ ਬਣਿਆ ਦਰਦੇ ਦੁਖਿਆਰਾ, ਪਤ ਚੜਦਾ ਮੌਸਮ ਮੁੱਕ ਚੁੱਕਿਆ, ਪਤ ਚੜਦਾ ਮੌਸਮ ਮੁੱਕ ਚੁੱਕਿਆ, ਮੁੜ ਆਇਆ ਸਮਾਂ ਬਹਾਰਾਂ ਦਾ। ਕੋਈ ਮੁੱਲ ਨਹੀਂ ਤਾਰਿਆ ਜਾ ਸਕਦਾ, ਕਲਗੀ ਤਰ ਦੇ ਉਪਕਾਰ।
ਸਤਕਾਰਾ ਦਾ ਕੋਈ ਅੰਤ ਨਹੀਂ, ਪਾਰਾ ਵਾਰੇ ਨਹੀਂ, ਉਹਦੀ ਰਹਿਮਤ ਦੇ ਭੰਡਾਰਾ ਦਾ ਕੋਈ ਮੁੱਲ ਨਹੀਂ, ਤਾਰੇ ਆ ਜਾ ਸਕਦਾ ਵਰ ਕੇ ਸਰਬੰਸ ਦਾਦਾਨੀ ਨਹੀਂ, ਉਹਦੀ ਕਿਰਪਾ ਸਦਕੇ ਨਾਮ ਉੱਚਾ, ਉਹਦੀ ਕਿਰਪਾ ਸਦਕੇ ਨਾਮ ਉੱਚਾ, ਸਾਡੇ ਸਿਰ ਸਜਿਆ ਦਸਤਾਰਾਂ ਦਾ ਕੋਈ ਮੁੱਲ ਨਹੀਂ, ਤਾਰੇ ਆ ਜਾ ਸਕਦਾ ਕਲਗੀਧਰ ਦੇ ਉਪਕਾਰਾ ਦਾ ਕੋਈ ਮੁੱਲ ਨਹੀਂ, ਤਾਰੇ ਆ ਜਾ ਸਕਦਾ। ਸਤਸੰਗ ਜੀ ਕੋਟਾਨਕੋਟ, ਧੰਨਵਾਦ ਸਤਸੰਗ ਜੀਓ, ਆਪ ਜੀ ਨੇ ਹੱਲਾਸ਼ੇਰੀ ਦਿੱਤੀ ਹੈ। ਸਤਸੰਗ ਜੀ, ਧੰਨ ਧੰਨ ਕਲਗੀਧਰ ਪਾਤਸ਼ਾਹ ਸਾਨੂੰ ਕੀ ਫੁਰਮਾਨ ਕਰਦੇ ਨੇ, ਆਓ ਆਪ ਜੀ ਦੀ ਤਵੱਜੋ ਚਾਹਾਂਗੀ ਕਿ ਫੁਰਮਾਨ ਹੈ ਕਲਗੀਆਂ ਵਾਲੇ ਦਾ, ਸ਼ੁਭ ਕਰਮਨ ਤੇ ਕਬੂ ਨਾ ਡਰੋ। ਫੁਰਮਾਨ ਹੈ ਕਲਗੀਆਂ ਵਾਲੇ ਦਾ, ਸ਼ੁਭ ਕਬਹੂ ਨਾ ਡਰੋ, ਨਾ ਡਰੋ ਔਰ ਸੋ ਜਬ ਜਾਏ ਲਰੋ, ਨਿਸ਼ਚੈ ਕਰ ਆਪਣੀ ਜੀਤ ਕਰੋ, ਨਿਸ਼ਚੈ ਕਰ ਆਪਣੀ ਜੀਤ ਕਰੋ, ਨਿਸ਼ਚੈ ਕਰ ਆਪਣੀ ਜੀਤ ਕਰੋ। ਉਹਨਾਂ ਤੇਗ ਦੀ ਕਲਮ ਬਣਾ ਲਿਖਿਆ, ਉਹਨਾਂ ਤੇਗ ਦੀ ਕਲਮ ਬਣਾ ਲਿਖਿਆ, ਪਰ ਸੰਗ ਚੰਡੀ ਦੀਆਂ ਵਾਰਾਂ ਦਾ ਕੋਈ ਮੁੱਲ ਨਹੀਂ, ਤਾਰੇ ਆ ਜਾ ਸਕਦਾ। ਆਖਰੀ ਦੋ ਬੰਦ ਨੇ ਸਤਸੰਗ ਜੀ, ਆਓ ਸਤਸੰਗ ਜੀ ਉਸ ਧਰਤੀ 'ਤੇ ਆਪਣੀ ਸੁਰਤੀ ਲੈ ਜਾਣਾ ਜਿਸ ਧਰਤੀ ਤੋਂ ਆਈਆਂ ਸ਼੍ਰੀ ਅਨੰਦਪੁਰ ਸਾਹਿਬ, ਕਿ ਧੰਨ ਧੰਨ ਕਲਗੀਧਰ ਪਾਤਸ਼ਾਹ ਨੇ ਅੰਮ੍ਰਿਤ ਦੇ ਦਾਤੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਰਨਾਂ ਵਿੱਚ ਸੁਰਤੀਆਂ ਬਿਰਤੀਆਂ ਲੈ ਜਾਣਾ। ਤੇਰੇ ਅੰਮ੍ਰਿਤ ਦੀ ਤਨ ਸ਼ਕਤੀ ਗਿੱਦੜਾਂ ਤੋਂ ਸ਼ੇਰ ਬਣਾ ਦਿੱਤੇ, ਚਿੜੀਆਂ ਖਾ
ਪਾਠਾਂ ਸੰਗ ਰੰਗ ਲੜਾ ਦੇਤੇ, ਚੰਦ ਵਾਂਗੂ ਨਾਮ ਚਮਕਦਾ ਹੈ, ਚੰਦ ਵਾਂਗੂ ਨਾਮ ਚਮਕਦਾ ਹੈ, ਤੇਰੇ ਸਾਜੇ ਸਿੰਘ ਸਰਦਾਰਾਂ ਦਾ ਕੋਈ ਮੁੱਲ ਨਹੀਂ ਤਾਰੇ ਆ ਜਾ ਸਕਦਾ। ਆਖਰੀ ਬੰਦ ਹੈ ਸਤਸੰਗਤ ਜੀ, ਚਮਕੌਰ ਦੀ ਗੜੀ, ਸਾਹਿਬਜ਼ਾਦਿਆਂ ਦਾ ਜ਼ਿਕਰ ਨਾ ਹੋਵੇ ਤਾਂ ਰਚਨਾ ਅਧੂਰੀ ਹੈ। ਚਮਕੌਰ ਦੇ ਯੁੱਧ 'ਚ ਦੋ ਲਾਲੇ ਤੇਰੇ ਟੁੱਟੇ ਟੁੱਟੇ ਹੋ ਗਏ ਸੀ, ਚਮਕੌਰ ਦੇ ਯੁੱਧ 'ਚ ਦੋ ਲਾਲੇ ਤੇਰੇ ਟੁੱਟੇ ਟੁੱਟੇ ਹੋ ਗਏ ਸੀ, ਸਿੱਖੀ ਦਾ ਮਹਿਲ ਉਸਾਰਨ ਲਈ ਦੋ ਕੰਧਾਂ ਵਿੱਚ ਖਲੋ ਗਏ ਸੀ, ਸਿੱਖੀ ਦਾ ਮਹਿਲ ਉਸਾਰਨ ਲਈ ਦੋ ਕੰਧਾਂ ਵਿੱਚ ਖਲੋ ਗਏ ਸੀ, ਦੋ ਕੰਧਾਂ ਵਿੱਚ ਖਲੋ ਗਏ ਸੀ, ਸਾਜਨ ਸਿਰ ਨੀਵਾਂ ਕਰ ਗਏ ਓ, ਸਾਜਨ ਸਾਜਨ ਸਿਰ ਨੀਵਾਂ ਕਰ ਗਏ ਓ, ਸਰਹੰਦ ਦੀਆਂ ਦੀਵਾਰਾਂ ਦਾ ਕੋਈ ਮੁੱਲ ਨਹੀਂ ਤਾਰੇ ਆ ਜਾ ਸਕਦਾ, ਕਲਗੀ ਤਰ ਦੇ ਕਲਗੀ ਤਰ ਦੇ ਕਲਗੀ ਤਰ ਦੇ ਉਪਕਾਰਾਂ ਦਾ, ਕਲਗੀ ਤਰ ਦੇ ਉਪਕਾਰਾਂ ਦਾ, ਕਲਗੀ ਤਰ ਦੇ ਉਪਕਾਰਾਂ ਦਾ ਕੋਈ ਮੁੱਲ ਨਹੀਂ ਤਾਰੇ ਆ ਜਾ ਸਕਦਾ, ਕੋਈ ਮੁੱਲ ਨਹੀਂ ਤਾਰੇ ਆ ਜਾ ਸਕਦਾ, ਕੋਈ ਮੁੱਲ ਨਹੀਂ ਤਾਰੇ ਆ ਜਾ ਸਕਦਾ। ਸਤਸੰਗ ਜੀ, ਕੋਟਾਨਕੋਟ, ਧੰਨਵਾਦ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ। ਸਤਿਕਾਰਯੋਗ ਸੱਤ ਮਹਾਂਕਾਵਾਂ ਦੇ ਰਚੇਤਾ ਮਹਾਂਕਵੀ ਨਿਮਰ ਜੀ, ਜਿਨ੍ਹਾਂ ਦੇ ਸੱਦੇ 'ਤੇ ਸਤਸੰਗ ਜੀ ਆਪ ਸਾਰੀਆਂ ਸੰਗਤਾਂ ਦੇ ਚਰਨ ਧੂਰ ਪਰਸਨ ਲਈ ਇਸ ਅਸਥਾਨ 'ਤੇ ਆਈ ਹਾਂ। ਸਿੰਘ ਸਾਹਿਬ ਜੀ ਨੇ ਵੀ ਬਹੁਤ ਸੋਹਣੀ ਇਸ ਵੇਲੇ ਸਕੱਤਰਤਾ ਕੀਤੀ ਹੈਗੀ ਆ ਸਟੇਜ ਦੀ, ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣਾ ਸਤਸੰਗ ਜੀ। ਗੱਜ ਕੇ ਫਤਿਹ ਬੁਲਾਓ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਗੰਗਾ ਤੀਸਰੇ ਪੰਥ ਖਾਲਸਾ
ਕਿਉਂਕਿ ਉਹ ਰੱਬ ਦੇ ਪਿਤਾ ਸੀ, ਦੋਨਾਂ ਨੂੰ ਇੱਕ ਕਰਨਾ। ਪਰ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਉਹਦੇ ਰਾਜ ਵਿੱਚ ਹੀ ਦੋਨਾਂ ਤੋਂ ਤਿੰਨ ਪਾਪ ਦੀ ਖਾਲਸੀ ਅੰਤ ਦੀ ਸਰਗੁਣ ਕਰ ਦਿੱਤੀ। ਆਖੋ ਸਤਨਾਮ ਸਾਹਿਬ ਜੀ ਤੋਂ ਕਿ ਬੀਬਾ ਜੀ ਆਏ ਕਿੰਨਾ ਬੜੀ ਸੁਰਗ ਕਰਤਾ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਦੇ ਪਾਤਸ਼ਾਹ। ਸੋ ਸੱਚੇ ਕਵੀ ਸਾਹਿਬਾਂ ਦਾ ਸੁਭਾਅ ਹੈ ਕਿਉਂਕਿ ਕੜੀ ਦਰਬਾਰ ਦੀ ਜਿਹੜੀ ਸਾਥੀ ਹੈ ਕਿ ਇਹਨਾਂ ਦਾ ਸਮਾਂ ਵੈਸੇ ਜ਼ਿਆਦਾ ਚਾਹੀਦਾ, ਪਰ ਸਾਡੀ ਜਿਹੜੀ ਮਜ਼ਬੂਰੀਆਂ ਹੁੰਦੀਆਂ ਨੇ ਸਾਰਿਆਂ ਨੂੰ ਸਮਾਂ ਜਿਹੜਾ ਅੱਜ ਇਸ ਦਿਨਾਂ ਨੂੰ ਲੱਗਦੀ ਸੀਗੀ। ਸੋ ਸਾਰੇ ਦੇਣਾ ਪੈਂਦਾ ਧੰਨਵਾਦ। ਹੁਣ ਮੈਂ ਬੇਨਤੀ ਕਰਾਂਗਾ ਬਹੁਤ ਹੀ ਚੰਡੀਗੜ੍ਹ ਵਾਲੇ